ਮੇਰੇ ਖੁਦੀਆਂ ਅੱਖਾਂ 'ਚ ਪਾਣੀ ਸੀ ਜਦੋਂ ਉਹਨੂੰ ਮੈਂ ਪੜਿਆ ਗਾਣੇ ਨੂੰ ਤੇ ਫਿਰ ਕੰਪੋਜ਼ ਕਰਨ ਦੀ ਕੋਸ਼ਿਸ਼ ਕੀਤੀ ਔਰ ਮੈਨੂੰ ਲੱਗਦਾ 5-10 ਮਿੰਟ ਹੀ ਲੱਗੇ ਹੋਣੇ ਜ਼ਿਆਦਾ ਵੀ ਨਹੀਂ ਕਿਉਂਕਿ ਇੱਕ ਸ਼ਬਦਾਂ ਦੇ ਅੰਦਰ ਹੀ ਕਿਤਨਾ ਕੀਤੇ ਉਹਨਾਂ ਦੇ ਨਾਲ ਦਰਦ ਔਰ ਉਹ ਪੀੜ ਪਈ ਸੀਗੇ ਨਾ ਜਦੋਂ ਉਹਨੂੰ ਗੁੰਗੁਨਾਇਆ ਮੈਂ ਏ ਬੇ ਵਸੀਦਾਲਮ ਹੈ ਏ ਬੇ ਵਸੀਦਾਲਮ ਹੈ ਕੋਈ ਕਰੇ ਤਾਂ ਕੀ ਕਰੇ ਇਧਰ ਦਦਾ ਦਰਿਆ ਹੈ ਕੋਈ ਤਰੇ ਤਾਂ ਕਿੰਜੇ ਤਰੇ ਤੇ ਕਿਸੇ ਗਾਇਕ ਨੂੰ ਐਸਾ ਗਾਣਾ ਗਾਉਣਾ ਪੈ ਜੇ ਕਿਉਂਕਿ ਇਹ ਦੁਖਾਂਤ ਆ ਅਸੀਂ ਇਨਸਾਨੀਅਤ ਦੇ ਭਲੇ ਦੀ ਗੱਲ ਕਰਦੇ ਆ ਲੋਕਾਂ ਦੀ ਖੁਸ਼ੀ ਦੀ ਗੱਲ ਕਰਦੇ ਆ ਤੇ ਜਦੋਂ ਫਿਰ ਵੀ ਇਹ ਗਾਣਾ ਸਿਗਾ ਦਰਦ ਦਾ ਦਰਿਆ ਕਿਤਨਾ ਕਿਤੇ ਮਨ 'ਚ ਇਹ ਸਕੂਨ ਜ਼ਰੂਰ ਹੈਗਾ ਕਿ ਮੈਂ ਉਹਨਾਂ ਲੋਕਾਂ ਦੇ ਹੱਕ 'ਚ ਗੱਲ ਕੀਤੀ ਉਹਨਾਂ ਦੇ ਪੱਖ ਦੇ ਵਿੱਚ ਬੋਲੇ ਆ ਜਦੋਂ 1947 ਹੋਇਆ ਤਾਂ ਅਮ੍ਰਿਤਾ ਪ੍ਰੀਤਮ ਹੋਰਾਂ ਨੇ ਲਿਖਿਆ ਕਿ ਅੱਜ ਆਖਾਂ ਵਾਰਿਸ ਛਾ ਨੂ ਕਿਤੇ ਕਬਰਾਂ ਵਿੱਚੋਂ ਬੋਲ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲਕ ਕਿ ਕਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ ਅੱਜ ਲੱਖਾਂ ਤੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿ ਕਹਿ ਲੱਖਾਂ ਕਰੋਣਾ ਮਜ਼ਦੂਰ ਨੇ ਜਿਹੜੇ ਸੜਕਾਂ ਤੇ ਨੇ ਅੱਜ ਸਾਡੇ ਕਵੀਆਂ ਦੀਆਂ ਅੱਜ ਸਾਡੇ ਸ਼ਾਇਰਾਂ ਦੀਆਂ ਕਲਮਾਂ ਨੂੰ ਕੀ ਹੋ ਗਿਆ ਕਿ ਉਹ ਦਰਦ ਨਹੀਂ ਬਿਆਨ ਹੋਇਆ ਮੇਰਾ ਪਿੰਡ ਬਾਰਡਰ ਤੇ ਵੰਦਾ ਜੀ ਪਿੱਖੀ ਵੰਦਾ ਜੀ ਜਿੱਥੇ ਸ਼ਾਮ ਨੂੰ 7 ਵਜੇ ਤੋਂ ਬਾਅਦ ਅੰਮ੍ਰਿਤਸਰ ਕੋ ਬੱਸ ਵੀ ਨਹੀਂ ਜਾਂਦੀ ਹੁੰਦੀ ਨਹੀਂ ਜਿਸ ਟਾਈਮ ਦੇ ਵਿੱਚ ਨੇ ਕੀ ਪਤਾ ਤੇ ਬੜੀਆਂ ਰਾਤਾਂ ਮੈਂ ਦਰਬ ਮੇਰਾ ਜਦੋਂ ਕੋ ਮੈਨੂੰ ਪੁੱਛੇ ਮੈਂ ਕਹਿੰਦਾ ਮੇਰਾ ਸਭ ਤੋਂ ਜ਼ਿਆਦਾ ਜਿਹੜੀ ਅਟੈਚਮੈਂਟ ਹੈ ਉਹ ਸ਼੍ਰੀ ਦਰਬਾਰ ਸਾਹਿਬ ਦੇ ਨਾਲ ਆ ਪਰ ਉਹ ਕਿਤਨਾ ਕਿਤੇ ਮੇਰੇ ਯਾਕੂਬ ਵਰਗੇ ਪਤਾ ਨਹੀਂ ਲੱਖਾਂ ਕਰੋੜਾ ਲੋਕਾਂ ਦਾ ਸਹਾਰਾ ਆ ਕਿ ਜਿਹੜੇ ਰਾਤ ਨੂੰ ਚੰਡੀਗੜ੍ਹ ਤੋਂ ਚੱਲਦੇ ਸੀ ਤੇ ਰਾਤ ਨੂੰ 12 1 ਵਜੇ ਬੱਸ ਸਟੈਂਡ ਤੇ ਅੰਮ੍ਰਿਤਸਰ ਦੇ ਪਹੁੰਚੇ ਤੇ ਫਿਰ ਉਥੋਂ ਪੈਦਲ ਮੇਰੇ ਖਿਆਲ ਨਾਲ 2 ਕਿਲੋਮੀਟਰ ਦੀ ਦੂਰੀ ਹੈ ਚੱਲ ਕੇ ਦਰਬਾਰ ਸਾਹਿਬ ਜਾ ਕੇ ਸੌਂਦੇ ਸੁਰੇ ਜਾਦਾ ਕਾਪ ਪੀਓ ਤੇ ਆਪਦੇ ਪਿੰਡ ਦੇ ਬੱਸ ਫੜੋ ਇੱਕ ਵੀ ਸਿਰਨਾ ਰਿਹਾ ਸਲਾਮਤ ਇੱਕ ਵੀ ਸਿਰ ਨਾ ਰਿਹਾ ਸਲਾਮਤ ਇੱਕ ਹੀ ਛਖੜ ਝੁੱਲੇ ਸਾਇਆ ਇੱਕ ਹੀ ਛਖੜ ਝੁੱਲੇ ਸਾਇਆ ਦਸ ਕਿੰਜ ਲੁੱਟੀਏ ਬੁੱਲੇ ਸਾਇਆ ਠੰਡੇ ਪੈਨੇ ਚੁਲੇ ਸਾਇਆ ਬਹੁਤ ਖੂਬ ਪੈਨੇ ਚੁਲੇ ਸਾਇਆ ਸੁਪਨੇ ਵਿੱਚ ਮੈਨੂੰ ਮਾਹੀ ਮਿਲਿਆ ਤੇ ਮੈਂ ਗਲੀ ਵਿੱਚ ਪਾਲਿਆ ਬਾਂਵਾ ਡਰਦੀ ਮਾਰੀ ਅੱਖ ਨਾ ਖੋਲਾ ਹੋ ਕਿਤੇ ਫੇਰ ਨਾ ਵਿਛੜੀ ਛਾਂ ਅਜ ਸਾਹਮਣੇ ਨਜ਼ਾਰਾ ਦੇ ਦੇ ਦੀਦ ਨਾ ਲੁੱਕ ਲੁੱਕ ਬੈ ਸੋਣਿਆ ਨਲੁਕ ਲੁਕ ਬੈ ਸੋਣਿਆ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਰਣਵੀਰ ਸਿੰਘ ਰਾਣਾ ਤੇ ਕਰੋਨਾ ਵਾਇਰਸ ਦੇ ਕਾਰਨ ਪਿਛਲੇ ਦਿਨੀ ਅਸੀਂ ਦੇਖਿਆ ਕਿ ਮਜ਼ਦੂਰਾਂ ਦੀ ਹਾਲਤ ਕੀ ਹੋਈ ਸਾਡੇ ਲਈ ਜੋ ਕੰਮ ਕਰਦੇ ਨੇ ਜੋ ਅਰਥ ਵਿਵਸਥਾ ਦੇ ਵਿੱਚ ਵੱਡਾ ਹਿੱਸਾ ਪਾਉਂਦੇ ਨੇ ਚਾਹੇ ਖੇਤੀ ਨੂੰ ਲੈ ਕੇ ਹੋਵੇ ਤੇ ਚਾਹੇ ਵੱਡੀਆਂ-ਵੱਡੀਆਂ ਕੰਪਨੀਆਂ ਦੇ ਵਿੱਚ ਕੰਮ ਕਰਦੇ ਹੋਣ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਹੋਣ ਪਰ ਉਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਸਰਕਾਰਾਂ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਵੋਟ ਬੈਂਕ ਸਾਡੇ ਪ੍ਰਵਾਸੀ ਭਾਈਚਾਰੇ ਪ੍ਰਵਾਸੀ ਮਜ਼ਦੂਰਾਂ ਦਾ ਹੁੰਦਾ ਹੈ ਪਰ ਜੋ ਹਾਲਾਤ ਉਹਨਾਂ ਦੇ ਦੇਖਣ ਨੂੰ ਮਿਲੇ ਉਹ ਬੇहद ਤਰਸਯੋਗ ਸਨ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ ਬਹੁਤ ਸਾਰੇ ਪੈਰਾਂ ਤੇ ਛਾਲੇ ਹੋ ਗਏ ਨੰਗੇ ਪੈਰੀ ਗਏ ਆਪ ਉਹ ਆਪਣੇ ਘਰਾਂ ਨੂੰ ਤੇ ਇਹਨਾਂ ਦਿਨਾਂ ਦੇ ਵਿੱਚ ਇੱਕ ਗੀਤ ਆਇਆ ਯਾਕੂਬ ਦਾ ਇੱਕ ਗੀਤ ਜਿਨੇ ਦਰਦ ਬਿਆਨ ਕੀਤਾ ਤੇ ਯਾਕੂਬ ਅੱਜ ਸਾਡੇ ਨਾਲ ਨੇ ਯਾਕੂਬ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਭਾਜੀ ਧੰਨਵਾਦ ਜੀ ਬਹੁਤ ਬਹੁਤ বেদਨਾ ਜਿਹੜੀ ਇੱਕ ਇੱਕ ਰਾਈਟਰ ਕਹਿੰਦੇ ਨੇ ਇੱਕ ਪੋएट ਜਾਂ ਇੱਕ ਜਿਹੜਾ ਸ਼ਾਇਰ ਹੈ ਉਹ ਜਾਦਾ ਡੂੰਘਾਈ ਨਾਲ ਸੋਚਦਾ ਹੈ ਤੇ ਉਹਦੇ ਲਿਖੇ ਹੋਏ ਤੇ ਗਾਏ ਹੋਏ ਜਿਹੜੇ ਬੋਲ ਨੇ ਫਿਰ ਉਹ ਅਸਰ ਕਰਦੇ ਨੇ ਜਦੋਂ ਅਸੀਂ ਸਿੱਧੀ ਗੱਲ ਕਰਦੇ ਆ ਤਾਂ ਉਹਨਾਂ ਅਸਰ ਨਹੀਂ ਪਾਉਂਦੀ ਜਿੰਨਾ ਇੱਕ ਜਦੋਂ ਇੱਕ ਸ਼ਾਇਰ ਲਿਖਦਾ ਹੈ ਤੇ ਇੱਕ ਗਾਇਕ ਗਾਉਂਦਾ ਹੈ ਕੀ ਸੋਚ ਕੇ ਗਾਣਾ ਸਾਹਮਣੇ ਆਇਆ ਇਹ ਭਾਜੀ ਇਹਦੇ ਵਾਸਤੇ ਤੇ ਮੈਂ ਤੈਹ ਦਿਲ ਤੋਂ ਸ਼ੁਕਰਗੁਜ਼ਾਰ ਆਂ ਸ਼੍ਰੀ ਸਤਨਾਮ ਸਿੰਘ ਮਾਨਕ ਸਾਹਿਬ ਉਹਨਾਂ ਦਾ ਕਿਉਂਕਿ ਉਹਨਾਂ ਨੇ ਲਿਖਿਆ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਦੀ ਜਿਹੜੀ ਪੀੜ ਲਿਖੀ ਉਹ ਮਾਨਕ ਸਾਹਿਬ ਉਹਨਾਂ ਨੇ ਲਿਖੀ ਤੇ ਮੈਂ ਤਾਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਕਿ ਉਹਨਾਂ ਨੂੰ ਲੱਗਿਆ ਕਿ ਤਨਾ ਕਿਤੇ ਕਿ ਜੇ ਪੰਜਾਬ ਦੇ ਵਿੱਚ ਇੱਕ ਆਵਾਜ਼ ਹੈਗੀ ਆ ਯਾਕੂਬ ਦੀ ਜਿਹੜਾ ਕਿ ਬਾਖੂਬੀ ਇਹਨਾਂ ਸ਼ਬਦਾਂ ਨੂੰ ਗਾ ਸਕਦਾ ਹੈ ਉਹਨਾਂ ਨੇ ਮੇਰੇ ਤੇ ਨਾ ਫੀਡ ਕੀਤਾ ਤੇ ਜਦੋਂ ਉਹਨਾਂ ਨੇ ਉਹ ਮੈਨੂੰ ਭੇਜਿਆ ਤੇ ਸਹੀ ਗੱਲ ਪੁੱਛੋ ਕਿ ਮੈਂ ਵੀ ਮਤਲਬ ਚੰਜੋੜਿਆ ਜਾਂਦਾ ਜਦੋਂ ਬੰਦਾ ਕਿਉਂਕਿ ਕਿਤੇ ਨਾ ਕਿਤੇ ਅਸੀਂ ਲੋਕ ਸਹਿਤ ਪੜਦੇ ਆਂ ਸਹਿਤ ਨਾਲ ਜੁੜੇ ਹੋਏ ਆਂ ਇਮੋਸ਼ਨਲ ਆਂ ਤੇ ਮੇਰੇ ਖੁਦੀਆਂ ਅੱਖਾਂ 'ਚ ਪਾਣੀ ਸੀ ਜਦੋਂ ਉਹਨੂੰ ਮੈਂ ਪੜਿਆ ਗਾਣੇ ਨੂੰ ਤੇ ਫਿਰ ਕੰਪੋਜ਼ ਕਰਨ ਦੀ ਕੋਸ਼ਿਸ਼ ਕੀਤੀ ਔਰ ਮੈਨੂੰ ਲੱਗਦਾ 5-10 ਮਿੰਟ ਹੀ ਲੱਗੇ ਹੋਣੇ ਜ਼ਿਆਦਾ ਵੀ ਨਹੀਂ ਕਿਉਂਕਿ ਇੱਕ ਸ਼ਬਦਾਂ ਦੇ ਅੰਦਰ ਹੀ ਕਿਤਨਾ ਕੀਤੇ ਉਹਨਾਂ ਦੇ ਨਾਲ ਦਰਦ ਔਰ ਉਹ ਪੀੜ ਪਈ ਸੀਗਾ ਨਾ ਜੀ ਜਦੋਂ ਉਹਨੂੰ ਗੁੰਗੁਨਾਇਆ ਮੈਂ ਤੇ ਮਾਨਕ ਸਾਹਿਬ ਨੂੰ ਭੇਜਿਆ ਉਹ ਵੀ ਉਹ ਕਹਿੰਦੇ ਯਾਰ ਮੈਂ ਤਾਂ ਰੋ ਰਿਆਂ ਸੁਣ ਕੇ ਯਕੂਬ ਅਸੀਂ ਚਾਹੁੰਦੇ ਹਾਂ ਕਿ ਪਹਿਲਾਂ ਇਹ ਸੁਣਾਈਏ ਜ਼ਰੂਰ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਸੁਣਿਆ ਆ ਪਰ ਬਹੁਤ ਸਾਰੇ ਲੋਕਾਂ ਨੇ ਹਾਲੇ ਨਹੀਂ ਸੁਣਿਆ ਅਸੀਂ ਚਾਹੁੰਦੇ ਹਾਂ ਕਿ ਪਹਿਲਾਂ ਦੋ ਸ਼ਬਦ ਉਸ ਗੀਤ ਦੇ ਹੋ ਜਾਣ ਜੀ ਸਰ इधर दिदा दरिया है कोई तरे तकिंज तरे इधर दिदा दरिया है ਕੋਈ ਤਰੇ ਤਾਂ ਕਿੰਜ ਤਰੇ ਐ ਬੇਵਸੀ ਦਾ লাম ਹੈ ਐ ਬੇਵਸੀ ਦਾ লাম ਹੈ ਕੋਈ ਕਰੇ ਤਾਂ ਕੀ ਕਰੇ ਇਧਰ ਦਿਦਾ ਦਰਿਆ ਹੈ को तरे तां किजे तरे ओ, ओ जो सन तां जे पई कमो दे उ कम जो खे तां च पसीने वहो दे रहे। ओ जो पवन ते सड़कां बणो दे रहे। ओ जो किर्त दी महक फैलो दे गमयूं नदी जुदाई दम न जुदा कोई जरे त किजे जरे हाँ ਕੋਈ ਤਾਰੇ ਤਾਂ ਖਿੰਝੇ ਤਾਰੇ ਕੋਈ ਕਰੇ ਤਾਂ ਕੀ ਕਰੇ ਬਿਹਤ ਬਾਕਮਾਲ ਦਰਦ ਜਿਹੜਾ ਇੱਕ ਤੁਹਾਡੀ ਆਵਾਜ਼ ਦੇ ਵਿੱਚ ਵੀ ਹੈ ਤੇ ਖਾਸ ਕਰ ਇਹ ਉਹ ਪੀੜ ਵੀ ਹੈ ਮਜ਼ਦੂਰਾਂ ਦੀ ਜਿਨ੍ਹਾਂ ਨੂੰ ਬਹੁਤ ਨੇੜੇ ਤੋਂ ਸ਼ਾਇਦ ਸਮਝਿਆ ਤੇ ਗਾਇਆ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਨੂੰ ਬਹੁਤ ਸਾਰੇ ਮੀਡੀਆ ਰਿਪੋਰਟਸ ਬਹੁਤ ਸਾਰੇ ਅਖਬਾਰਾਂ ਨੇ ਸੁਰਖੀਆਂ ਬਣੀਆਂ ਅਸੀਂ ਦੇਖਿਆ ਤੁਸੀਂ ਵੀ ਆਪਣੇ ਗੀਤ ਦੇ ਵਿੱਚ ਉਹ ਚੀਜ਼ਾਂ ਯੂਜ਼ ਕੀਤੀਆਂ ਨੇ ਕਿ ਕਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਲਿਜਾ ਰਹੀ ਹੈ ਉਹ ਅਟੈਚੀ ਕੇਸ ਤੇ ਬੱਚਾ ਸੁੱਤਾ ਪਿਆ ਹੈ ਕਿਵੇਂ ਇੱਕ 1200 ਕਿਲੋਮੀਟਰ ਤੱਕ ਇੱਕ ਧੀ ਆਪਣੇ ਬਾਪ ਨੂੰ ਲੈ ਕੇ ਜਾਂਦੀ ਹੈ ਮਤਲਬ ਹਿਲਾ ਕੇ ਰੱਖ ਦੇਣ ਵਾਲੀਆਂ ਤਸਵੀਰਾਂ ਤੇ ਉਹ ਤੁਸੀਂ ਹੂਬ ਹੂ ਉਸ ਦਰਦ ਨੂੰ ਪੇਸ਼ ਕੀਤਾ ਕਿ ਮੈਂ ਜਿਹੜੀ ਗੱਲ ਤੁਹਾਡੀ ਸੁਣੀ ਕਿ ਸਨਤ ਹੋਵੇ ਖੇਤਾਂ ਦੇ ਵਿੱਚ ਸੜਕਾਂ ਦੇ ਵਿੱਚ ਇਮਾਰਤਾਂ ਦੇ ਵਿੱਚ ਕਿਹਦਾ ਖੂਨ ਪਸੀਨਾ ਸਾਡੇ ਪ੍ਰਵਾਸੀ ਭਾਈਚਾਰੇ ਦਾ ਸਾਡੇ ਮਜ਼ਦੂਰ ਭਾਈਚਾਰੇ ਦਾ ਤੇ ਉਹਨਾਂ ਦੇ ਨਾਲ ਹੀ ਮਾੜਾ ਵਿਵਾਦ ਹੋਇਆ ਹੈ ਹਾਂਜੀ ਭਾਜੀ ਇਹ ਦੁਕਾਨ ਤੇ ਆ ਕਿ ਇਹ ਹੋਣਾ ਨਹੀਂ ਸੀ ਚਾਹੀਦਾ ਹਾਲਾਂਕਿ ਕਰੋਨਾ ਦੀ ਮਹਾਮਾਰੀ ਤੋਂ ਜਿਹੜੇ ਸਭ ਹਰ ਵਰਗ ਪ੍ਰਭਾਵਿਤ ਹੋਇਆ ਹਰ ਦੁਨੀਆ ਦਾ ਹਰ ਮੁਲਕ ਪ੍ਰਭਾਵਿਤ ਹੋਇਆ ਪਰ ਉਹ ਲੋਕ ਜਿਨ੍ਹਾਂ ਦੇ ਨਾਲ ਫੈਕਟਰੀ ਚੱਲਦੀਆਂ ਜਾਂ ਖੇਤ ਚੱਲਦੇ ਆ ਕਿਸਾਨ ਚੱਲਦਾ ਆ ਕੰਮਕਾਜ ਚੱਲਦੇ ਆ ਸਾਡੇ ਘਰਾਂ ਦੇ ਵਿੱਚ ਸਾਡੇ ਬਿਜ਼ਨਸ ਤੇ ਸਾਡੇ ਘਰਾਂ ਦੇ ਵਿੱਚ ਸੁੱਖ ਦੀ ਜਿਹੜੀ ਅਸੀਂ ਰੋਟੀ ਖਾ ਰਹੇ ਆ ਉਹਨਾਂ ਲੋਕਾਂ ਦੇ ਨਾਲੇ ਨਹੀਂ ਸੀ ਹੋਣਾ ਚਾਹੀਦਾ ਇਹ ਬਹੁਤ ਗਲਤ ਹੋਇਆ ਜੇ ਕਿੰਨਾ ਕਿਤੇ ਜੇ ਲੋਕ ਸਰਕਾਰ ਪ੍ਰਸ਼ਾਸਨ ਦੇ ਹੱਥੋਂ ਮਜਬੂਰ ਸੀਗੇ ਘਰਾਂ 'ਚ ਬੈਠਣ ਲਈ ਤੇ ਮੈਨੂੰ ਲੱਗਦਾ ਪ੍ਰਸ਼ਾਸਨ ਤਾਂ ਕਰ ਹੀ ਸਕਦਾ ਸੀ ਇਹ ਤਾਂ ਨਹੀਂ ਸੀਗਾ ਕਿ ਪਤਾ ਨਹੀਂ ਲੱਗਦਾ ਪਿਆ ਕਿ 100 ਕਿਲੋਮੀਟਰ ਕੋਈ ਚੱਲ ਕੇ ਜਾ ਰਿਹਾ ਰੁਕ ਜਾਂਦੀ ਹੈ ਸੋਚ ਕੇ ਅਸੀਂ ਧੁੱਪ 'ਚ ਕਿਲੋਮੀਟਰ ਨਹੀਂ ਚੱਲ ਸਕਦੇ ਬਿਲਕੁਲ ਤੁਸੀਂ ਤਾਂ ਏਸੀ ਗੱਡੀਆਂ 'ਚ ਅਸੀਂ ਰਹਿੰਦੇ ਆ ਏਸੀ ਕਮਰਿਆਂ 'ਚ ਰਹਿੰਦੇ ਆ ਏਸੀ ਆਫਿਸ ਨੇ ਤੇ ਉ ਤਾਂ ਤਿੱਖੜ ਦੁਪਹਿਰਾਂ ਸੀਗੀਆਂ ਨੰਗੇ ਪੈਰੀ ਸੀਗੇ ਕਿਵੇਂ ਚੱਲੇ ਨੇ ਕਿਵੇਂ ਉਹ ਉਹ ਹੀ ਦੱਸ ਸਕਦੇ ਨੇ ਤੁਸੀਂ ਗੱਲ ਲਿਖੀ ਵੈਸੇ ਤਾਂ ਅਸੀਂ ਹਮੇਸ਼ਾ ਨੈਵਰ ਫੋਰਗੇਟ 84 ਕਹਿੰਦੇ ਆ ਜੀ ਪਰ ਤੁਸੀਂ ਲਿਖਿਆ ਕਿ ਨੈਵਰ ਫੋਰਗੇਟ 2020 ਜੀ ਜਿਹੜਾ ਤੁਸੀਂ 84 ਦੀ ਗੱਲ ਕੀਤੀ ਹੈ ਅਸੀਂ ਪੰਜਾਬੀ ਆ ਅਸੀਂ ਪੰਜਾਬ ਦੇ ਰਹਿਣ ਵਾਲੇ ਆ ਹੂੰ ਤੇ ਜਿਨ੍ਹਾਂ ਲੋਕਾਂ ਨੇ ਉਹ ਟਾਈਮ ਦੇਖਿਆ ਹੈ ਨਾ ਜੀ ਮੈਂ ਤਾਂ ਉਹ ਦੇਖਿਆ ਨਹੀਂ 84 ਵਾਲਾ ਪਰ ਜਿਨ੍ਹਾਂ ਲੋਕਾਂ ਨੇ 84 ਦਾ ਟਾਈਮ ਦੇਖਿਆ ਉਹ ਕਹਿੰਦੇ ਕਿ ਦੁਬਾਰਾ ਉਹ ਟਾਈਮ ਯਾਦ ਆਇਆ ਉਹ ਦਰਦ ਯਾਦ ਆਇਆ ਉਹ ਵੀ ਸਾਡੇ ਜਿਹੜੀ ਉਹ ਪੀੜ ਆ ਸਾਡੇ ਪਿੰਡੇ ਦੇ ਉੱਤੇ ਸਾਡੇ ਦਿਲਾਂ ਤੇ 47 ਦੀ ਵੀ ਵਨ ਕੇ ਸਾਡੀ ਸਾਡੀ ਜ਼ਹਿਨ ਦੀ ਉੱਤੇ 47 ਐਂਡ uh, 84 ਔਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ 2020 ਵਾਲਾ ਜਿਹੜਾ ਖਾਸ ਕਰਕੇ ਜਿਹੜੀ ਇਹ ਇਹ ਕਰੋਨਾ ਦੇ ਕਰਕੇ ਤੇ ਜੋ ਹੋਇਆ ਪਰ ਜੋ ਪੰਜਾਬੀ ਪ੍ਰਵਾਸੀਆਂ ਦੇ ਨਾਲ ਜੋ ਮਜ਼ਦੂਰਾਂ ਦੇ ਨਾਲ ਉਹ ਹੋਇਆ ਆ ਇਹ ਉਹ ਦਿਖਾਉਂਦਾ ਕਿ ਐਜ਼ ਅਰਟਿਸਟ ਵੀ ਐਜ਼ ਅ ਇਨਸਾਨ ਵੀ ਮੈਂ ਇਹ ਗੱਲ ਕਹਿਣਾ ਕਿ ਭਾਜੀ ਰੱਬ ਨਾ ਕਰੇ ਕਿ ਇਹ ਸਮਝੇ ਵੀ ਸੀ 47 ਤੇ 84 ਦਾ ਕਹਿੰਨੇ ਆ ਕਿ ਕਦੇ ਦੁਬਾਰਾ ਨਾ ਹੋਵੇ ਕਹੀ ਤੇ ਕਿਸੇ ਕੌਮ ਤੇ ਨਾ ਹੋਵੇ ਕਿਸੇ ਇਨਸਾਨ ਤੇ ਨਾ ਹੋਵੇ ਯਕੂਬ ਇੱਕ ਹੋਰ ਗੱਲ ਹੈ ਇਹਦੇ ਵਿੱਚ ਕਿ ਇਹ ਜਿਹੜਾ ਗਾਣਾ ਹੈ ਇਹ ਕਮਰਸ਼ੀਅਲ ਮਾਡਲ ਨਹੀਂ ਹੈਗਾ ਅਸੀਂ ਮੰਡੀ ਦੇ ਹਿਸਾਬ ਨਾਲ ਜਦੋਂ ਸੋਚਦੇ ਆ ਤਾਂ ਇਹ ਉਸ ਤਰ੍ਹਾਂ ਦਾ ਗੀਤ ਨਹੀਂ ਹੈਗਾ ਤੁਹਾਡੇ ਜਿਹੜੇ ਭਾਈਚਾਰਾ ਗਾਇਕ ਭਾਈਚਾਰਾ ਉਹ ਕਿਸੇ ਨੇ ਇਸ ਤਰ੍ਹਾਂ ਦਾ ਗੀਤ ਗਾਇਆ ਵੀ ਨਹੀਂ ਹੈਗਾ ਜੇ ਗਾਇਆ ਵੀ ਹੈ ਤਾਂ ਉਹ ਸਿਰਫ ਇੱਕ ਹਾਸੇ ਮਜ਼ਾਕ ਵਾਲੀ ਗੱਲ ਕਰੋਨਾ ਨੂੰ ਲੈ ਕੇ ਗਾਈ ਗਈ ਹੈ ਜੀ 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 ਨਹੀਂ ਉਹ ਦਿਖਾਂਤ ਹੈ ਦੇਖੋ ਮੈਂ ਮੈਂ ਕਦੇ ਵੀ ਕਦੇ ਕਿਸੇ ਵੀ ਆਰਟਿਸਟ ਤੇ ਉਹ ਚਾਹੇ ਕੁਝ ਵੀ ਗਾਵੇ ਮੈਂ ਟਿੱਪਣੀ ਕਦੀ ਨਹੀਂ ਕਰਦਾ ਮੇਰੀ ਆਦਤ ਹੈ ਭਾਜੀ ਕਿਉਂਕਿ ਜੋ ਕਿਸੇ ਨੂੰ ਚੰਗਾ ਲੱਗਦਾ ਹੈ ਉਹ ਉਹੀ ਕਰ ਰਿਹਾ ਹਰ ਬੰਦੇ ਦਾ ਆਪਣਾ ਇੱਕ ਡ੍ਰੀਮ ਹੈ ਆਪਣਾ ਇੱਕ ਵਿਜ਼ਨ ਹੈ ਆਪਣੀ ਤੁਹਾਡੀ ਰੂਹ ਆ ਤੁਹਾਡੀ ਸੋਚ ਆ ਉਹਦੇ ਮੁਤਾਬਕ ਹੀ ਉਹ ਲੋਕ ਕੰਮ ਕਰਦੇ ਆ ਪਰ ਸੱਚ ਜਾਣਿਓ ਜਦੋਂ ਕੋਰੋਨਾ ਵਾਲੇ ਆ ਜਿਹੜੇ ਇਸ ਤਰ੍ਹਾਂ ਮਜ਼ਾਕੀਆ ਜਿਹੇ ਗਾਣੇ ਆਏ ਹੀ ਤੇ ਸੱਚਮੁੱਚ ਹੀ ਤਕਲੀਫ ਹੋਈ ਸੀ ਕਿ ਸਾਡੇ ਜਿਹੜੇ ਕਲਾਕਾਰ ਭਰਾ ਨੇ ਕਿਤੇ ਨਾ ਕਿਤੇ ਉਹਨਾਂ ਦੀ ਜ਼ਹਿਨियत ਨੂੰ ਕੀ ਹੋ ਗਿਆ ਕਿ ਹਰ ਜਗ੍ਹਾ ਦੇ ਉੱਤੇ ਆਪਾਂ ਇਹੀ ਚੀਜ਼ ਨੂੰ ਅੱਗੇ ਰੱਖ ਲਿਆ ਕਿ ਜਲਦੀ ਤੋਂ ਜਲਦੀ ਵਾਇਰਲ ਹੋ ਜਾਈਏ ਜਲਦੀ ਤੋਂ ਜਲਦੀ ਅਸੀਂ ਹਿੱਟ ਹੋ ਜਾਈਏ ਜਲਦੀ ਤੋਂ ਜਲਦੀ ਅਸੀਂ ਮਸ਼ਹੂਰ ਹੋ ਜਾਈਏ ਲੋਕਾਂ ਦੇ ਵਿੱਚ ਕੋਈ ਨਾ ਕੋਈ ਜ਼ਰੀਆ ਕੋਈ ਨਾ ਕੋਈ ਤਰੀਕਾ ਇਹੋ ਜਿਹਾ ਮਿਲ ਜਾਵੇ ਸੋ ਇਹ ਮੈਨੂੰ ਵਾਕਿਆ ਹੀ ਇਸ ਗੱਲ ਦੀ ਬੜੀ ਪੀੜ ਹੈ ਔਰ ਖੁਸ਼ੀ ਇਸ ਗੱਲ ਦੀ ਹੈ ਕਿ ਜਦੋਂ ਇਹ ਗਾਣਾ ਹਾਲਾਂਕਿ ਇਹ ਦੁਖਾਂਤ ਹੀ ਹੈ ਖੁਸ਼ੀ ਨਹੀਂ ਹੈ ਕਿਉਂਕਿ ਮੈਂ ਕਹਿੰਦਾ ਕਿ ਰੱਬ ਨਾ ਕਰੇ ਕਿਸੇ ਸ਼ਾਇਰ ਨੂੰ ਐਸਾ ਗਾਣਾ ਲਿਖਣਾ ਪੈ ਜੇ ਤੇ ਕਿਸੇ ਗਾਇਕ ਨੂੰ ਐਸਾ ਗਾਣਾ ਗਾਉਣਾ ਪੈ ਜੇ ਕਿਉਂਕਿ ਇਹ ਦੁਖਾਂਤ ਹੈ ਅਸੀਂ ਇਨਸਾਨੀਅਤ ਦੇ ਪੜੇ ਦੀ ਗੱਲ ਕਰਦੇ ਹਾਂ ਲੋਕਾਂ ਦੀ ਖੁਸ਼ੀ ਦੀ ਗੱਲ ਕਰਦੇ ਹਾਂ ਤੇ ਜਦੋਂ ਫਿਰ ਵੀ ਇਹ ਗਾਣਾ ਸੀਗਾ ਦਰਦ ਦਾ ਦਰਿਆ ਕਿਤਨਾ ਕਿਤੇ ਮਨ 'ਚ ਇਹ ਸਕੂਨ ਜ਼ਰੂਰ ਹੈਗਾ ਕਿ ਮੈਂ ਉਹਨਾਂ ਲੋਕਾਂ ਦੇ ਹੱਕ ਚ ਗੱਲ ਕੀਤੀ ਉਹਨਾਂ ਦੇ ਪੱਖ ਦੇ ਵਿੱਚ ਬੋਲੇ ਆ ਤੇ ਮੈਂ ਇਸ ਗਾਣੇ ਦਾ ਹਿੱਸਾ ਬਣਿਆ ਇਹਦੇ ਲਈ ਮਾਨਕ ਸਾਹਿਬ ਉਹਨਾਂ ਦਾ ਮੈਂ तहे ਦਿਲੋਂ ਸ਼ੁਕਰਗੁਜ਼ਾਰ ਹਾਂ ਕਿਉਂਕਿ ਜਦੋਂ 1947 ਹੋਇਆ ਤਾਂ ਅਮ੍ਰਿਤਾ ਪ੍ਰੀਤਮ ਹੋਰਾਂ ਨੇ ਲਿਖਿਆ ਕਿ ਅੱਜ ਆਖਾਂ ਵਾਰਿਸ ਛਾ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਕਿ ਕਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ ਅੱਜ ਲੱਖਾਂ ਤੀਆਂ ਰੋਂਦੀਆਂ ਤੈਨੂੰ ਵਾਰ ਇਸ ਸ਼ਾਨ ਨੂੰ ਕਹਿ ਤਾਨਾ ਮਾਰਿਆ ਤੇ ਅੱਜ ਜਿਹੜੀ ਗੱਲ ਹੈ ਅੱਜ ਵੀ ਉਹੀ ਹੈ ਕਿ ਅੱਜ ਵੀ ਲੱਖਾਂ ਕਰੋੜਾ ਮਜ਼ਦੂਰ ਨੇ ਜਿਹੜੇ ਸੜਕਾਂ ਤੇ ਨੇ ਅੱਜ ਸਾਡੇ ਕਵੀਆਂ ਦੀਆਂ ਅੱਜ ਸਾਡੇ ਸ਼ਾਇਰਾਂ ਦੀਆਂ ਕਲਮਾਂ ਨੂੰ ਕੀ ਹੋ ਗਿਆ ਕਿ ਉਹ ਦਰਦ ਨਹੀਂ ਬਿਆਨ ਹੋਇਆ ਬਹੁਤ ਗਿਣ ਗਿਣੇ ਚੁਣੇ ਸ਼ਾਇਰਾਂ ਨੇ ਕੁਝ ਲਿਖਿਆ ਉਹਨਾਂ ਦੇ ਵਿੱਚ ਤੁਹਾਡਾ ਗੀਤ ਵੀ ਹੈ ਸਤਨਾਮ ਸਿੰਘ ਮਾਨਖੋਰਾ ਦੀ ਕਲਮ ਵੀ ਹੈ ਜੀ 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 ਨੇ ਉਹ ਉਹੀ ਇਹਨਾਂ ਦਾ ਜੀ ਉਹ ਚੰਗੀ ਗੱਲ ਉਹ ਇਹ ਇਹ ਕਰਨੀ ਚਾਹੀਦੀ ਹੈ ਕਿਤੇ ਨਾ ਕਿਤੇ ਲੋਕ बिजनेसमੈਨ ਜਿਹੜੇ ਆ ਉਹਨਾਂ ਤੋਂ ਨਹੀਂ ਪਰ ਸਾਡਾ ਜਿਹੜਾ ਸਾਡਾ ਜਿਹੜਾ ਫਿਗਲਡ ਆ ਉਹਦੇ ਤੋਂ ਕਿਤੇ ਨਾ ਕਿਤੇ ਲੋਕ ਉਮੀਦ ਕਰਦੇ ਆ ਔਰ ਸਿੰਗਲਸ ਤੋਂ ਪਹਿਲਾਂ ਵੀ ਕਲਮ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਕਲਮ ਜਿਹੜੀ ਆ ਉਹਨੇ ਹੀ ਕਲਮ ਨੇ ਕ੍ਰਾਂਤੀਕਾਰੀ ਪੈਦਾ ਕੀਤੇ ਆ ਗਦਰੀ ਬਾਬੇ ਪੈਦਾ ਕੀਤੇ ਆ ਜੀ ਐਸੇ ਐਸੇ ਲੋਕ ਜਿਹੜੇ ਆ ਉਹਨਾਂ ਨੇ ਕਲਮ ਇੱਕ ਤਰ੍ਹਾਂ ਦੀ ਇੱਕ ਜਨੂਨ ਆ ਇੱਕ ਕ੍ਰਾਂਤੀ ਆ ਇੱਕ ਅੱਗ ਆ ਜਨੂਨ ਦੀ ਜਿਹੜੀ ਲੋਕਾਂ ਦੇ ਵਿੱਚ ਫੈਲਾ ਦਿੰਦੀ ਆ ਤੇ ਕਰਨਾ ਚਾਹੀਦਾ ਸੀਗਾ ਬੜੀਆਂ ਸਾਰੀਆਂ ਕਲਮਾਂ ਤੋਂ ਇਹ ਉਮੀਦ ਕੀਤੀ ਜਾ ਸਕਦੀ ਸੀਗੀ ਕਿ ਕਿਤੇ ਨਾ ਕਿਤੇ ਉਹਨਾਂ ਦਾ ਤੇ ਫਰਜ਼ ਬਣਦਾ ਸੀਗਾ ਕਿ ਉੱਠ ਦੇ ਬੋਲ ਦੇ ਤੇ ਛੰਡੇ ਗੜਨੇ ਚਾਹੀਦੇ ਸੀਗੇ ਯਾਕੂਬ ਕਿਤੇ ਕਿਤੇ ਮﻼਲ ਆ ਕਿ ਜਿਹੜੇ ਵਿਊ ਨੇ ਉਹ ਮਿਲੀਅਨਾਂ ਚ ਨਹੀਂ ਹੈਗੇ ਗੀਤ ਤੇ ਸਿਰਫ ਹਲੇ ਕੇ ਚ ਹੈ ਹਜ਼ਾਰਡਸ ਚ ਹਾਂਜੀ 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 ਨਹੀਂ ਐਸਾ ਕੁਝ ਨਹੀਂ ਹੈ ਭਾਜੀ ਮੈਂ ਕਦੀ ਵੀ ਇਹ ਚੀਜ਼ ਨਹੀਂ ਸੋਚੀ ਕਿਉਂਕਿ ਜਦੋਂ ਤੁਹਾਨੂੰ ਦੁਨੀਆ ਭਰ ਤੋਂ ਕਾਲਸ ਆ ਰਹੀਆਂ ਆ ਮੈਨੂੰ ਹਨਾ ਜੀ ਕਿ ਕੱਲਾ YouTube ਜਿਹੜਾ ਉਹ ਜ਼ਰੀਆ ਨਹੀਂ ਰਹਿ ਗਿਆ WhatsApp ਦੇ ਗਰੁੱਪਸ ਤੇ ਫਿਰ Insta ਐਂਡ Facebook Twitter YouTube ਉਹਦਾ ਹਿੱਸਾ ਆ ਤੇ ਜਿਸ ਤਰ੍ਹਾਂ ਕਿ ਬੜੇ ਸਾਰਾ ਮੀਡੀਆ ਮੀਡੀਆ ਦਾ ਮੈਂ ਸਭ ਤੋਂ ਜ਼ਿਆਦਾ ਥੈਂਕਸ ਕਰਨਾ ਚਾਹੁੰਨਾ ਚਾਹੇ ਕਿ ਮਾਨਕ ਸਾਹਿਬ ਦਾ ਬੜਾ ਵੱਡਾ ਰੋਲ ਇਹਦੇ ਵਿੱਚ ਜੀ ਤੇ ਜਿੰਨੇ ਵੀ ਚੈਨਲਸ ਨੇ ਜਿੰਨੇ ਰੇਡੀਓਜ਼ ਨੇ ਫੋਰਨ ਕੰਟਰੀਜ਼ ਦੇ ਸਭ ਤੇ ਆਪਣਾ ਗਾਣਾ ਪਲੇ ਹੋ ਰਿਹਾ ਉਹ ਵਾਰ-ਵਾਰ ਚਲਾ ਰਹੇ ਆ ਬੋਲ ਬੋਲ ਕੇ ਉਹਦੇ ਬਾਰੇ ਚਲਾ ਰਹੇ ਜਦੋਂ ਕਾਲਸ ਆ ਰਹੀਆਂ ਨੇ ਕੌਣ ਮਿਲਿਆ ਕਹਿੰਦੇ ਸਕੂਨ ਮਿਲਿਆ ਮੈਨੂੰ ਪੂਰਾ ਸਕੂਨ ਮਿਲ ਰਿਹਾ ਔਰ ਬੜਾ ਅੱਛਾ ਲੱਗ ਰਿਹਾ ਮੈਨੂੰ ਲੱਗਦਾ ਹੈ ਕਿ ਜਿਹੜੇ ਜੇ ਆਪਾਂ ਵਿਊਜ਼ ਨੂੰ ਦੇਖੀਏ ਤੇ ਉਹਦੇ ਮੁਤਾਬਕ ਕੁਝ ਨਹੀਂ ਪਰ ਗੱਲ ਉਸ ਤੋਂ ਕਿਤੇ ਜ਼ਿਆਦਾ ਪਹੁੰਚ ਚੁੱਕੀ ਹੈ ਹੂੰ ਜਦੋਂ ਜੀਵਨ ਦੀ ਗੱਲ ਕਰਦੇ ਆ ਸੰਘਰਸ਼ ਦੀ ਗੱਲ ਕਰਦੇ ਆ ਤਾਂ ਯਾਕੂਬ ਨੂੰ ਜਿੱਥੇ ਵੀ ਪਹੁੰਚੇ ਹੋ ਹਾਲੇ ਬਹੁਤ ਦੂਰ ਪਹੁੰਚਣਾ ਹੈ ਪਰ ਜਿੱਥੇ ਵੀ ਪਹੁੰਚੇ ਹੋ ਕਿੰਨਾ ਕੁ ਸੰਘਰਸ਼ ਕਰਨਾ ਪਿਆ ਸੰਘਰਸ਼ ਤਾਂ ਹੁਣ ਤੱਕ ਸੰਘਰਸ਼ ਹੀ ਕੀਤਾ ਹੈ ਭਾਜੀ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪਿਆ ਕਿਉਂਕਿ ਮੈਂ ਉਸ ਪਰਿਵਾਰ ਦੇ ਵਿੱਚ ਹਾਂ ਕਿ ਜਿੱਥੇ ਤੁਸੀਂ ਡ੍ਰੀਮਸ ਦੀ ਗੱਲ ਨਹੀਂ ਕੀਤੀ ਜਾਂਦੀ ਜਿੱਥੇ ਸੁਪਨੇ ਵੀ ਤੁਹਾਡਾ ਤੁਸੀਂ ਆਪਣਾ ਮਾਈਂਡ ਸੈਟ ਕਰੋ ਜਾਂ ਤੁਸੀਂ ਆ ਹਾਸਲ ਕਰਨਾ ਹੈ ਤੁਸੀਂ ਇਸ ਤਰ੍ਹਾਂ ਵਰਕ ਕਰੋ ਇਸ ਤਰ੍ਹਾਂ ਕੰਮ ਕਰੋ ਇਹ ਤਾਂ ਹੋਣਾ ਪਿਛਲੇ 5-7 ਜਾਂ 10 ਸਾਲ ਦੇ ਵਿੱਚ ਜਦੋਂ ਇਹਨਾਂ ਲੋਕਾਂ ਦੇ ਵਿੱਚ ਗਏ ਆ ਮਾਰਕੀਟ 'ਚ ਗਏ ਆ ਤੇ ਪਤਾ ਲੱਗਾ ਕਿ ਇਹ ਸਾਰੀਆਂ ਚੀਜ਼ਾਂ ਵੀ ਹੁੰਦੀਆਂ ਕਰਨੀਆਂ ਚਾਹੀਦੀਆਂ ਨਹੀਂ ਤੇ ਇੱਕੋ ਕੰਮ ਸੀਗਾ ਕਿ ਹਰਮੋਨੀਅਮ ਵਜਾਣਾ ਆਉਂਦਾ ਹੀ ਆ ਗਾਣਾ ਗਾਉਣਾ ਆਉਂਦਾ ਹੈ ਨਾ ਜੀ ਤੇ ਮੇਰਾ ਪਿੰਡ ਬਾਰਡਰ ਤੇ ਪੈਂਦਾ ਜੀ ਪਿੱਖੀਵਿੰਡ ਜੀ ਜਿੱਥੇ ਸ਼ਾਮ ਨੂੰ 7 ਵਜੇ ਤੋਂ ਬਾਅਦ ਅੰਮ੍ਰਿਤਸਰ ਤੋਂ ਬੱਸ ਵੀ ਨਹੀਂ ਜਾਂਦੀ ਹੁੰਦੀ ਨਾ ਜਿਸ ਟਾਈਮ ਦੇ ਵਿੱਚ ਮੈਂ ਕੀਤਾ ਤੇ ਬੜੀਆਂ ਰਾਤਾਂ ਮੈਂ ਮੇਰਾ ਜਦੋਂ ਕੋ ਮੈਨੂੰ ਪੁੱਛੇ ਮੈਂ ਕਹਿੰਦਾ ਮੇਰਾ ਸਭ ਤੋਂ ਜ਼ਿਆਦਾ ਜਿਹੜੀ ਅਟੈਚਮੈਂਟ ਹੈ ਉਹ ਸ਼੍ਰੀ ਦਰਬਾਰ ਸਾਹਿਬ ਦੇ ਨਾਲ ਆ ਤੇ ਉਹਦਾ ਸਭ ਤੋਂ ਪਹਿਲਾ ਪਹਿਲਾ ਇਹ ਰੀਜ਼ਨ ਹੈ ਵੀ ਇੱਕ ਤਾਂ ਉਹ ਸਾਡੇ ਜਿਹੜਾ ਸਾਡਾ ਧਰਮ ਸਥਾਨ ਆ ਉਹ ਤਾਂ ਹੈ ਹੀ ਹੈ ਸਾਡੀ ਆਸਥਾ ਉਹਦੇ ਨਾਲ ਜੁੜੀ ਹੋਈ ਹੈ ਪਰ ਉਹ ਕਿਤੇ ਨਾ ਕਿਤੇ ਮੇਰੇ ਯਾਕੂਬ ਵਰਗੇ ਪਤਾ ਨਹੀਂ ਲੱਖਾਂ ਕਰੋੜਾਂ ਲੋਕਾਂ ਦਾ ਸਹਾਰਾ ਹੈ ਕਿ ਜਿਹੜੇ ਰਾਤ ਨੂੰ ਚੰਡੀਗੜ੍ਹ ਤੋਂ ਚੱਲਦੇ ਸੀ ਤੇ ਰਾਤ ਨੂੰ 12 1 ਵਜੇ ਬੱਸ ਸਟੈਂਡ ਤੇ ਅੰਮ੍ਰਿਤਸਰ ਦੇ ਪਹੁੰਚੇ ਤੇ ਫਿਰ ਉਥੋਂ ਪੈਦਲ ਮੇਰੇ ਖਿਆਲ ਨਾਲ 2 ਕਿਲੋਮੀਟਰ ਦੀ ਦੂਰੀ ਹੈ ਚੱਲ ਕੇ ਦਰਬਾਰ ਸਾਹਿਬ ਜਾ ਕੇ ਸੌਂਜੋ ਸੂਰੇ ਚਾਹ ਦਾ ਕੱਪ ਪੀਓ ਤੇ ਆਪਦੇ ਪਿੰਡ ਦੀ ਬੱਸ ਫੜੋ ਸੋ ਮੇਰੀ ਬੜੀ ਜ਼ਿਆਦੀ ਅਟੈਚਮੈਂਟ ਹੈ ਕਿਉਂਕਿ ਮੈਂ ਦਰਬਾਰ ਸਾਹਿਬ 'ਚ ਬਹੁਤ ਰਾਤਾਂ ਬਤੀਈਆਂ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਖਾਣ ਲਈ ਲੰਗਰ ਆ ਤੁਹਾਡੇ ਕੋਲ ਤੁਸੀਂ ਖਾਓ ਤੁਸੀਂ ਚਾਹ ਪੀ ਸਕਦੇ ਆ ਤੁਸੀਂ ਖਾਣਾ ਖਾ ਸਕਦੇ ਆ ਚਲੋ ਠੀਕ ਹੈ ਜਿੱਥੇ ਗੁਰੂ ਘਰ ਹੈਗੇ ਨੇ ਉੱਥੇ ਹੋ ਜਾਂਦਾ ਪਰ ਬਹੁਤ ਸਾਰੀਆਂ ਰਾਤਾਂ ਕਦੇ ਭੁੱਖੇ ਵੀ ਕੱਟਣੀਆਂ ਪਈਆਂ ਮੇਰੇ ਨਾਲ ਤਾਂ ਬਹੁਤ ਹੋਇਆ ਪਾਜੀ ਮੈਂ ਤਾਂ ਦਿਨ ਵੀ ਬਹੁਤ ਕੱਟੇ ਤੇ ਭੁੱਖੇ ਵੀ ਬਹੁਤ ਕੱਟੀਆਂ ਚੰਡੀਗੜ੍ਹ ਦੇ ਬੱਸ ਸਟੈਂਡ ਦੀ ਤਰਤਾਲੀ ਵਾਲੇ ਤੇ ਮੈਨੂੰ ਯਾਦ ਨਹੀਂ ਮੈਂ ਕਿੰਨੀਆਂ ਕਰਾਤਾ ਜਿਹੜੀਆਂ ਉਹ ਬਤਾਈਆਂ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਉੱਤੇ ਵੀ ਤੇ بس ਇਕੋ ਹੀ ਪੈਸ਼ਨ ਸੀਗਾ ਕਿ ਹਨਾ ਜੀ ਕਰਨਾ ਆ ਕਰਨਾ ਆ ਕਰਨਾ ਕਿਉਂਕਿ ਇੰਡਸਟਰੀ ਮਹਿੰਗੀ ਬਹੁਤ ਆ ਨਾ ਜਿਹੜੀ 뮤ਜ਼ਿਕ ਇੰਡਸਟਰੀ ਆ 뮤ਜ਼ਿਕ ਬਣਾਉਣ ਤੋਂ ਲੈ ਕੇ ਜੀ ਜੀ ਐਡਵਰਟਾਈਜ਼ਮੈਂਟ ਤੋਂ ਲੈ ਕੇ ਰਿਕਾਰਡਿੰਗ ਤੋਂ ਲੈ ਕੇ ਕੰਪੋਜ਼ਰ ਤੋਂ ਬਹੁਤ ਕੁਝ ਆ ਖਰਚਾ ਬਹੁਤ ਆ ਤੇ ਜੇ 10 ਲੱਖ ਰੁਪਏ ਲੱਗਦਾ ਫਿਰ ਕਹਿੰਦੇ ਪਤਾ ਲੱਗਦਾ ਕਿ ਗੀਤ ਆਇਆ ਕੋਈ ਜੀ 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 ਔਰ ਦੂਸਰੀ ਚੀਜ਼ ਇਹ ਆ ਨਾ ਭਾਜੀ ਕਿ ਜਿਹੜੇ ਸਾਡੇ ਜਿਹੜੇ ਸਾਡੇ ਫੀਲਡ ਦੇ ਵੱਡੇ ਲੋਕ ਬੈਠੇ ਆ ਜਿਹੜੇ ਵੱਡੇ ਬਿਜ਼ਨਸਮੈਨ ਬੈਠੇ ਆ ਵੀ ਤੁਸੀਂ ਏਦਾਂ ਯਾਕੂਬ ਵਰਗਾ ਮੁੰਡਾ ਕੋਈ ਆ ਕੇ ਕਵੇ ਜੀ ਵੀ ਮੇਰੇ ਕੋਲ ਆ ਗਾਣਾ ਆ ਕੋਈ ਸੁਣਦਾ ਵੀ ਨਹੀਂ ਹਮ ਸਭ ਤੋਂ ਵੱਡੀ ਗੱਲ ਤੁਸੀਂ ਤੁਸੀਂ ਤਾਂ ਕੋਸ਼ਿਸ਼ ਹੀ ਕਰ ਸਕਦੇ ਹੋ ਨਾ ਪਿੰਡ ਤੋਂ ਉੱਠੇ ਹਿੰਮਤ ਬਣਾਈ ਕਿ ਯਾਰ ਕਰੋ ਨਿਕਲੀਏ ਕਿਸ ਪ੍ਰੋਡਿਊਸਰ ਤੱਕ ਪਹੁੰਚੀਏ 뮤직 ਡਾਇਰੈਕਟਰ ਤੱਕ ਪਹੁੰਚੀਏ ਕਿ ਤੁਹਾਡੀ ਕੋ ਬਾਹ ਫੜੇ ਤੁਹਾਡੀ ਕੋ ਗੱਲ ਕਰੇ ਬਹੁਤ ਸਾਰੇ ਲੋਕਾਂ ਨੂੰ ਮਿਲੇ ਉਹਨਾਂ ਦਿਨਾਂ ਦੇ ਦੌਰਾਨ ਬਹੁਤ ਹਾਂਜੀ ਬਹੁਤ ਜਦੋਂ ਰਿਕਾਰਡਿੰਗ ਹਲੇ ਕੋਈ ਹੋਈ ਨਹੀਂ ਸੀਗੀ ਮੈਂ ਬਹੁਤ ਸਟਰਗਲ ਕੀਤਾ ਭਾਜੀ ਹਾਂਜੀ ਕਿਉਂਕਿ ਸ਼ੁਰੂਆਤ ਮੈਂ ਪਿੰਡ ਤੋਂ ਕੀਤੀ ਫਿਰ ਮੈਂ ਜਗਰਾਤਿਆਂ ਦੇ ਨਾਲ ਹਰਮੋਨੀ ਵਜਾਉਂਦਾ ਹੁੰਦਾ ਸੀਗਾ ਫਿਰ ਉਸ ਤੋਂ ਬਾਅਦ ਦੇ ਵਿੱਚ ਗਾਣੇ ਗਾਉਣੇ ਸ਼ੁਰੂ ਕਰਤੇ ਵੀ ਕੋਈ ਵੀ ਸਿੰਗਰਾਂ ਦੇ ਗਾਣੇ ਸਟੇਜਾਂ ਦੇ ਉੱਤੇ ਮੇਲਿਆਂ ਦੇ ਉੱਤੇ ਮੈਂ ਐਸਾ ਟਾਈਮ ਵੀ ਦੇਖਿਆ ਕਿ ਜਦੋਂ ਤੁਸੀਂ ਜਾ ਕੇ ਕਿਸੇ ਮੇਲੇ ਵਾਲੇ ਨੂੰ ਤਰਲਾ ਮਾਰਦੇ ਹੋ ਰਿਕਵੈਸਟ ਕਰਦੇ ਹੋ ਕਿ ਗਾਣੇ ਦਾ ਟਾਈਮ ਮਿਲੇ ਤੇ ਉੱਥੇ ਫਿਰ ਤੁਹਾਨੂੰ ਯਾਦ ਆ ਉਸ ਟਾਈਮ ਚ ਟਾਈਮ ਦਿੱਤਾ ਜਾਂਦਾ ਹੈ ਇੱਕ ਗਾਣੇ ਦਾ ਜਦੋਂ ਕਿ ਪਬਲਿਕ ਇਕੱਠੀ ਹੋ ਸਕੇ ਔਰ ਤੁਸੀਂ ਇਹ ਗੱਲ ਨੂੰ ਸਮਝ ਰਹੇ ਹੋ ਐਜ਼ ਅ ਆਰਟਿਸਟ ਕਿ ਸਾਹਮਣੇ ਵੀ ਕੋਈ ਨਹੀਂ ਬੈਠਾ ਕਿ ਤੁਸੀਂ ਵੇਟ ਕਰ ਰਹੇ ਹੋ ਤੁਸੀਂ ਗਾ ਵੀ ਰਹੇ ਹੋ ਤੁਹਾਨੂੰ ਗਾਉਣਾ ਵੀ ਪੈ ਰਿਹਾ ਤੁਸੀਂ ਕਿਸੇ ਨੂੰ ਕੁਝ ਕਹਿ ਵੀ ਨਹੀਂ ਸਕਦੇ ਤੁਹਾਡੇ ਅੰਦਰ ਕੀ ਚੱਲ ਰਿਹਾ ਹੁੰਦਾ ਉਹ ਪਹਿਲਾਂ ਕਹਿ ਦਿੰਦੇ ਨੇ ਕਿ ਨਵੇਂ ਨੂੰ ਪਹਿਲਾਂ ਟਾਈਮ ਦੇ ਦਿਓ ਚਲੋ ਟਾਈਮ ਪਾਸ ਕਰ ਲਓ ਕਿਉਂਕਿ ਸ਼ਾਮ ਨੂੰ ਜਦੋਂ ਆਡੀਅנס ਆਉਗੀ ਉਦੋਂ ਤਾਂ ਵੱਡੇ ਸਿੰਗਰਾਂ ਨੇ ਆਉਣਾ ਜਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਰੋਗ ਦਿੱਤਾ ਜਾਂਦਾ ਕਿ ਬੰਦਾ ਤਰਸਦਾ ਅੱਛਾ ਯਾਰ ਹੁਣ ਟਾਈਮ ਮਿਲੂਗਾ ਹੁਣ ਟਾਈਮ ਮਿਲੂਗਾ ਬੱਚ ਪਤਾ ਲੱਗਦਾ ਨਹੀਂ ਮੇਨ ਸਿੰਗਰ ਤੋਂ ਬਾਅਦ ਦੇ ਵਿੱਚ ਯਾਰ ਕੋਈ ਨਹੀਂ ਇਹਦਾ ਇੱਕ ਗਾਣਾ ਗਵਾ ਦਿੰਨੇ ਆ ਤੇ ਫਿਰ ਜਦੋਂ ਆਡੀਅੰਸ ਚਲੀ ਜਾਂਦੀ ਆ ਮੇਨ ਸਿੰਗਰ ਵੀ ਚਲਾ ਗਿਆ ਪ੍ਰਬੰਧਕ ਤੱਕ ਵੀ ਮੌਕੇ ਦੀ ਸਟੇਜ ਤੇ ਨਹੀਂ ਹੁੰਦੇ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਜਿਹੜਾ ਸਟਾਰ ਆ ਤੇ ਗਾਣੇ ਗਾਏ ਆਪਣੇ ਆਪ ਨੂੰ ਟੁੱਟਿਆ ਨਹੀਂ ਕਦੇ ਫਿਰ ਯਾਕੂਬ ਰੋਇਆ ਨਹੀਂ ਕਦੇ ਵੀ ਕੀ ਹੋ ਰਿਹਾ ਮੇਰੇ ਨਾਲ ਨਹੀਂ ਮਨ ਦੇ ਵਿੱਚ ਹੀ ਚੀਜ਼ਾਂ ਤੇ ਜ਼ਰੂਰ ਚੱਲਦੀਆਂ ਜੀ ਮੈਂ ਇਹ ਨਹੀਂ ਕਹਿ ਸਕਦਾ ਕਿ ਨਹੀਂ ਚੱਲਦਾ ਕਿਉਂਕਿ ਤਕਲੀਫ ਤਾਂ ਹੁੰਦੀ ਹੈ ਅੰਦਰੋਂ ਤੇ ਪਰ ਮੈਂ ਬੁਕਸ ਬਾਅਦ ਦੇ ਵਿੱਚ ਪੜੀਆਂ ਜਿਵੇਂ ਡਾਕਟਰ ਜਗਤਾਰ ਸਾਹਿਬ ਦਾ ਮੈਂ ਸ਼ੇਰ ਅਕਸਰ ਬੋਲਦਾ ਕਿ ਹਰ ਮੋੜ ਤੇ ਸਲੀਬਾਂ ਹਰ ਰਾਤ ਤੇ ਹਨੇਰੇ ਅਸੀਂ ਫੇਰ ਬਿਨਾਂ ਰੁਕੇ ਸਾਡੇ ਵੀ ਵੇਖ ਜਿਲੇ ਕਿ ਇਹ ਗੱਲਾਂ ਬਾਅਦ ਦੇ ਵਿੱਚ ਮੇਰੇ ਕੋਲ ਪਹੁੰਚੀਆਂ ਆਇਆਂ ਕਿਤਾਬਾਂ ਕਿਉਂਕਿ ਪਹਿਲਾਂ ਤੇ ਸਾਨੂੰ ਪਤਾ ਨਹੀਂ ਸਿਹਤ ਦਾ ਸਿਹਤ ਪੜ੍ਹਨਾ ਹੈ ਨਾ ਜੀ ਮੈਂ ਮੈਂ ਉਸ ਜਗ੍ਹਾ ਤੋਂ ਉਠਿਆ ਹਾਂ ਜਿੱਕੇ ਸਾਡੇ ਪਰਿਵਾਰ ਦੇ ਵਿੱਚ ਜਾਂ ਕਹਿ ਲਓ ਮੇਰੀ ਸੋਸਾਇਟੀ ਦੇ ਵਿੱਚ ਸਾਨੂੰ ਇਹ ਨਹੀਂ ਸਭਤਾ ਕਿ ਜ਼ਿੰਦਗੀ ਸ਼ਬਦ ਹੁੰਦਾ ਹੈ ਸਾਨੂੰ ਇਹ ਪਤਾ ਸੀ ਜ਼ਿੰਦਗੀ ਹੁੰਦਾ ਹੈ ਪਰ ਜਦੋਂ ਤੁਸੀਂ ਆਪਣੇ profession ਦੇ ਵਿੱਚ ਆਉਣੇ ਲੋਕਾਂ ਨਾਲ ਮਿਲਦੇ ਆਂ ਤੇ ਨਿੱਕੇ 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 ਚੀਜ਼ਾਂ ਜਿਵੇਂ ਮੈਂ ਚੀਜ਼ਾਂ ਕਹਿ ਰਿਹਾ ਆਂ ਤੇ ਬੜੇ ਸਾਰੇ ਸਾਲ ਸਭ ਤੋਂ ਪਹਿਲਾਂ ਤੁਸੀਂ ਗਾਉਣਾ ਸਿੱਖਣਾ ਫਿਰ ਤੁਸੀਂ ਤੁਸੀਂ ਹਾਰਮੋਨੀਅਮ ਸਿੱਖਣਾ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਇਹ ਪਤਾ ਲੱਗੇ ਵੀ ਯਾਰ ਇਹ ਤਾਂ ਸਭ ਕੁਝ ਅਧੂਰਾ ਹੈ ਤੁਹਾਡਾ ਗਾਣਾ ਵੀ ਮਿੱਟੀ ਆ ਤੁਹਾਡਾ ਹਾਰਮੋਨੀਅਮ ਵਜਾਉਣਾ ਮਿੱਟੀ ਆ ਤੁਹਾਡੀ ਪਰਫਾਰਮੈਂਸ ਮਿੱਟੀ ਆ ਉਸ ਤੋਂ ਪਹਿਲਾਂ ਜ਼ਰੂਰੀ ਆ ਤੁਹਾਡੀ ਪ੍ਰੋਨਨਸੀਏਸ਼ਨ ਹਮ ਸ਼ਬਦ ਤੇ ਉਹ ਵੀ ਤੁਸੀਂ ਕੁਦਰਤੀ ਤੁਹਾਡੇ ਤੇ ਪ੍ਰਮਾਤਮਾ ਮਿਹਰਬਾਨ ਹੋਵੇ ਤੇ ਜਦੋਂ ਵੱਡੀਆਂ ਸ਼ਖਸੀਅਤਾਂ ਸਾਹਦੀਆਂ ਤੁਹਾਨੂੰ ਸਾਹਮਣੇ ਬਹਿ ਕੇ ਸੁਣਨ ਤੇ ਯਕੁ ਪਹਿਲਾ ਪਹਿਲਾ ਗੀਤ ਕਿਹੜਾ ਰਿਕਾਰਡ ਹੋਇਆ ਫਿਰ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਭਾਜੀ ਮੈਂ ਕਿਹੜੇ ਸਾਲ ਚ 2007-08 ਚ ਮੇਰੀ ਇੱਕ ਐਲਬਮ ਆਈ ਸੀ ਉਹ ਤਾਂ ਪੰਜਾਬੀ ਐਲਬਮ ਸੀਗੀ ਖੈਰ ਤੇ ਜਿਹੜਾ ਅੱਛਾ ਰਿਸਪੌਂਸ ਰਿਆ ਜਿਨੇ ਜ਼ਿੰਦਗੀ ਚ ਚੇਂजेस ਲਿਆਂਦੇ ਉਸੇ ਰਾਂਝਣ ਮੇਰਾ ਰੱਬ ਪਹਿਲੀ ਐਲਬਮ ਆਈ ਸੀ ਆਈ ਥਿੰਕ 11 12 ਚ ਐਸੇ ਅੱਛਾ ਉਹ ਵੀ ਸੁਣਦੇ ਆ ਪਹਿਲਾਂ ਮੈਂ ਇੱਕ ਤੁਹਾਡਾ ਹੋਰ ਦੇਖ ਰਿਹਾ ਸੀਗਾ ਕਿ ਤੁਸੀਂ ਜਿਵੇਂ ਇਹ ਮਜ਼ਦੂਰਾਂ ਦੀ ਗੱਲ ਹੋਈ ਹੈ ਇਹ ਸੀ ਗੀਤ ਦੇ ਵਿੱਚ ਇਹ ਤੁਹਾਡਾ ਗੀਤ ਸੀਗਾ ਕਿ ਦੱਸ ਕਿਵੇਂ ਲੁੱਟੀਏ ਬੁੱਲੇ ਸਾਂਝਾਂ ਠੰਡੇ ਪਏ ਨੇ ਚੁੱਲ੍ਹੇ ਸਾਂਝਾਂ ਮਤਲਬ ਉਹ ਵੀ ਇੱਕ ਗਰੀਬ ਲੋਕਾਂ ਦੀ ਬਾਤ ਪਾਉਣ ਵਾਲਾ ਗੀਤ ਹਾਂਜੀ ਇਹ ਤਰਲੋਚਨ ਲੋਚੀ ਸਾਹਿਬ ਬੜੇ ਨਾਮੀ ਸ਼ਾਇਰ ਨੇ ਪੰਜਾਬ ਦੇ ਉਹਨਾਂ ਦਾ ਲਿਖਿਆ ਤੇ ਉਹ ਕਰੋਨਾ ਤੇ ਜਦੋਂ ਆ ਕਰੋਨਾ ਦੇ ਟਾਈਮ ਦੇ ਵਿੱਚ ਜਦੋਂ ਸਾਰੇ ਘਰ ਚ ਬੈਠੇ ਸੀਗੇ ਤੇ ਇਹ ਇਹ ਸ਼ਬਦ ਆਲਰੇਡੀ ਪਹਿਲਾਂ ਰਿਕਾਰਡ ਹੋ ਚੁੱਕਾ ਸੀਗਾ ਨਾ ਮਤਲਬ ਉਸ ਤੋਂ ਪਹਿਲਾਂ ਹੀ ਆ ਗਿਆ ਸੀ ਤੇ ਹਾਂਜੀ ਤੇ ਇਹ ਤਕਲੀਫ ਸੀਗੀ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਕਿਉਂਕਿ ਇਹ ਵੀ ਸੁਣਾਓ ਸਾਡੇ ਦਿਲ ਅੰਦਰ ਚੱਲਦਾ ਸੀਗਾ ਕਿ ਉਹ ਲੋਕ ਯਾਰ ਜਿਹੜੇ ਦਿਹਾੜੀ ਕਰਨ ਵਾਲੇ ਆ ਜਿਹੜੇ ਰੇੜੀਆਂ ਵਾਲੇ ਕਿਉਂਕਿ ਕਿਉਂਕਿ ਮੈਂ ਇਹ ਗੱਲ ਇਸ ਕਰਕੇ ਕਰ ਰਿਹਾ ਕਿ ਅਸੀਂ ਪੰਜਾਬੀ ਦੇ ਗੀਤ ਜਿਹੜੇ ਸੁਣਦੇ ਆ ਜੀ ਉਹ ਇਹ ਸੁਣੇ ਜਾਂਦੇ ਨੇ ਕਿ ਅਸੀਂ ਬੁੱਲੇ ਲੁੱਟਣ ਆਏ ਹੋਏ ਆ ਅਸੀਂ ਬੁੱਲੇ ਲੁੱਟਦੇ ਆ ਸਾਡੇ ਤੇ ਇਹ ਇਸ ਤਰ੍ਹਾਂ ਇਹ ਅਸੀਂ ਇਸ ਤਰ੍ਹਾਂ ਕਰਦੇ ਆ ਪਰ ਇਹ ਉਹਨਾਂ ਲੋਕਾਂ ਦੀ ਗੱਲ ਹੈ ਜਿਹੜੇ ਲੀਕ ਤੋਂ ਪਿੱਛੇ ਨੇ ਜਿਹੜੇ ਪਿੱਛੇ ਠੱਕੇ ਗਏ ਨੇ ਜਿਹੜੇ ਵੰਡ ਪ੍ਰਣਾਲੀ ਦੇ ਵਿੱਚ ਜਿਨ੍ਹਾਂ ਨੂੰ ਕਾਣੀ ਵੰਡ ਕੀਤੀ ਗਈ ਬਿਲਕੁਲ ਬਾਈ ਮੈਨੂੰ ਥੈਂਕ ਯੂ ਤੁਹਾਡਾ ਮੈਂ ਤੁਹਾਡੇ ਜ਼ਰੂਰ ਪੇਸ਼ ਕਰਦਾ ਤੁਹਾਡੇ ਸਾਹਮਣੇ ਹਾਂ ਹਾਂ 10 ਕਿੰਜੀ ਲੁੱਟਿਏ ਬੁੱਲੇ ਸਾਈਆਂ ਠੰਡੇ ਪਹਿਨੇ ਛੁੱਲੇ ਸਾਈਆਂ ਠੰਡੇ ਪਹਿਨੇ ਛੁੱਲੇ ਸਾਈਆਂ 10 ਕਿੰਜੀ ਲੁੱਟਿਏ ਬੁੱਲੇ ਸਾਈਆਂ ਠੰਡੇ ਪਹਿਨੇ ਛੁੱਲੇ ਸਾਈਆਂ ਠੰਡੇ ਪਹਿਨੇ ਛੁੱਲੇ ਸਾਈਆਂ ਕਿਹੜੀ ਮਿੱਟੀ ਨਾਲ ਬਣਾਏ ਕੀ ਢੀ ਮਿੱਟੀ ਨਾਲ ਬਣਾਏ ਲੋਕ ਨੇ ਤੈਨੂੰ ਭੁੱਲੇ ਸਾਇਆ ਲੋਕ ਨੇ ਤੈਨੂੰ ਭੁੱਲੇ ਸਾਇਆ ਇੱਕ ਵੀ ਸਿਰ ਨਾ ਰਹਿ ਹਸਲਾਮਤ ਇੱਕ ਵੀ ਸਿਰ ਨਾ ਰਹਿ ਹਸਲਾਮਤ ਇੱਕ ਵੀ ਸਿਰ ਨਾ ਰਹਿ ਹਸਲਾਮਤ ਇੱਕੀ ਝਖੜ ਝੁੱਲੇ ਸਾਈਆਂ ਇੱਕੀ ਝਖੜ ਝੁੱਲੇ ਸਾਈਆਂ ਦਸ ਕਿੰਜ ਲੁੱਟਿਏ ਬੁੱਲੇ ਸਾਈਆਂ ਠੰਡੇ ਪੈਨੇ ਝੁੱਲੇ ਸਾਈਆਂ ਬਹੁਤ ਖੂਬ ਪੈਨੇ ਝੁੱਲੇ ਸਾਈਆਂ ਤੁਹਾਨੂੰ ਲੱਗਦਾ ਕਿ ਯਾਕੂਬ ਵੀ ਚੱਕਵੇਂ ਗੀਤ ਗਾਦਵੇ ਰੈਫਲਾਂ ਦੀ ਗੱਲ ਕਰ ਦਵੇ ਬੰਦੂਕਾਂ ਦੀ ਗੱਲ ਕਰ ਦਵੇ ਸ਼ਰਾਬਾਂ ਦੀ ਗੱਲ ਕਰ ਦਵੇ ਤਿੰਨ ਪੈਗਾਂ ਦੀ ਗੱਲ ਕਰ ਦਵੇ ਫਿਰ ਮਸ਼ਹੂਰ ਹੋ ਜਾਊਗਾ ਬਹੁਤ ਵੱਡਾ ਪਾਜੀ ਇਹ ਤਾਂ ਜੇ ਕਰਨਾ ਹੁੰਦਾ ਤਾਂ ਮੈਂ ਉਦੋਂ ਕਰ ਕਰ ਲੈਂਦਾ ਜੀ ਜਦੋਂ ਮੈਂ ਉਹ ਹੁਣ ਜੋ ਹਾਲਾਤ ਨੇ ਇਹਦੇ ਨਾਲੋਂ ਕਿਤੇ ਜ਼ਿਆਦਾ ਵੱਧ ਲੋਡ ਬੰਦ ਸੀ ਅੱਜ ਤਾਂ ਯਾਕੂਬ ਦੇ ਨਾਲ ਚਾਰ ਲੋਕ ਖੜੇ ਨੇ ਚਾਰ ਪ੍ਰੋਡਿਊਸਰ ਵੀ ਜੁੜੇ ਹੋਏ ਨੇ ਚਾਰ 뮤직 ਡਾਇਰੈਕਟਰ ਚਾਰ ਮੀਡੀਆ ਜਿਹੜਾ ਆ ਉਹ ਇੰਨਾ ਪਰਵਾ ਜਿਹੜਾ ਉਹ ਹੰਗਾਰਾ ਦੇ ਰਿਹਾ ਤੇ ਹੁਣ ਤਾਂ ਨਹੀਂ ਮੈਨੂੰ ਲੱਗਦਾ ਜੀ ਹੁਣ ਲੋਡ ਹੀ ਨਹੀਂ ਹੈ ਲੋਡ ਨਹੀਂ ਹੈਗੀ ਨਹੀਂ ਜ਼ਰੂਰਤ ਨਹੀਂ ਇਸ ਚੀਜ਼ ਦੀ ਨਹੀਂ ਬਿਲਕੁਲ ਹਾਂ ਯਾਕੂਬ ਕਿਤੇ ਰੋਮਾਂਟਿਕ Song ਜ਼ਰੂਰ ਕਰ ਸਕਦਾ ਹੈ ਰੋਮਾਂਟਿਕ Song ਤੋਂ ਤੁਹਾਡਾ ਬਹੁਤ ਵਧੀਆ ਦੀਦ ਜਿਹੜਾ ਗੀਤ ਉਹ ਜ਼ਰੂਰ ਆ ਜਾ ਸਾਹਮਣੇ ਨਜ਼ਾਰਾ ਦੇ ਦੇ ਦੀਦ ਦਾ ਲੁੱਕ ਲੁੱਕ ਬੈ ਸੋਣ ਉਹ ਬਹੁਤ ਰੋਮਾਂਟਿਕ ਰੋਮਾਂਟਿਕ Song ਹੈ ਤੁਹਾਡਾ ਉਹ ਵੀ ਜ਼ਰੂਰ ਸੁਣਾ ਕਿਉਂਕਿ ਜਦੋਂ ਇੱਕ ਆਰਟਿਸਟ ਸਾਡੇ ਕੋਲ ਆਉਂਦਾ ਤਾਂ ਜਦੋਂ ਇੱਕ ਦਰਸ਼ਕ ਜਿਹੜਾ ਉਹ ਤੋਂ ਆਸ ਕਰਦਾ ਕਿ ਜਦੋਂ ਰੂਹ ਨੂੰ ਸਕੂਨ ਦੇਣ ਵਾਲੇ ਗੀਤ ਹੋਣ ਕਿਉਂਕਿ ਆ ਤਾਂ ਅਸੀਂ ਰੋਜ਼ ਬਹੁਤ ਸਾਰੇ ਇਸ ਤਰ੍ਹਾਂ ਦੇ ਗੀਤ ਨੇ ਜਿਹੜੇ ਨਾ ਚਾਹੁੰਦੇ ਹੋਏ ਵੀ ਸੁਣ ਰਹੇ ਹਾਂ ਜੀ 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 ਨੇ ਮੇਰੀ ਇਹ ਹੀ ਕੋਸ਼ਿਸ਼ ਰਹੀ ਹੈ ਭਾਜੀ ਕਿ ਹੁਣ ਤੱਕ ਜਿੰਨਾ ਕ ਵੀ ਮੇਰਾ ਯਾਕੂਬ ਦੇ ਨਾਲ ਕਾਫਲਾ ਜੁੜਿਆ ਹੈ ਮੇਰੀ ਇਹ ਕੋਸ਼ਿਸ਼ ਰਹੂਗੀ ਕਿ ਉਹਦੇ ਵਿੱਚ ਐਡ ਆਨ ਹੋਣੀ ਚਾਹੀਦੀ ਹੈ ਜੀ ਕੋਈ ਬੰਦੇ ਨੂੰ ਕਿਤੇ ਤਕਲੀਫ ਪਹੁੰਚਦੀ ਵੀ ਯਾਰ ਇਸ ਬੰਦੇ ਨੇ ਆ ਨਹੀਂ ਸੀ ਇਹਨੂੰ ਕਰਨਾ ਚਾਹੀਦਾ ਤੇ ਸੁਣਾ ਦਿੰਦੇ ਉਹਨੂੰ ਵੀ ਦੁੱਖ ਰਹੂਗਾ ਦੀਦ ਮੈਂ ਦੀਦ ਅੱਛਾ ਦੀਦ ਦੀਦ ਤੁਹਾਡੇ ਰੂਬਰੂ ਕਰਦਾ ਮੈਂ ਅਜਾ ਸਾਹਮਣੇ ਨਜ਼ਾਰਾ ਦੇ ਦੇਤੀ ਤੇਧ ਹਾਂ ਸੁਪਨੇ ਵਿੱਚ ਮੈਨੂੰ ਮਾਂ ਹੀ ਮਿਲਿਆ ਤੇ ਮੈਂ ਗਲੀ ਵਿੱਚ ਪਾਲਿਆ ਬਾਂਵਾ ਡਰਦੀ ਮਾਰੀ ਅੱਖ ਨਾ ਖੋਲਾ ਹੋ ਕਿਤੇ ਫੇਰ ਨਾ ਵਿਛੜੀ ਛਾਂ ਅਜਾ ਸਾਹਮਣੇ ਨਜ਼ਾਰਾ ਦੇ ਦੇ ਦੀਦ ਨਾ ਲੁੱਕ ਲੁੱਕ ਬੈ ਸੋਣਿਆ ਨਾ ਲੁੱਕ ਲੁੱਕ ਬੈ ਸੋਣਿਆ ਚੰਨ ਲੁੱਕਦਾ ਨਹੀਂ ਕਦੇ ਮੈ ਆਈ ਦਦਾ ਚੰਨ ਲੁੱਕਦਾ ਨਹੀਂ ਕਦੇ ਮੈ ਆਈ ਦਦਾ ਨਾ ਲੁੱਕ ਲੁੱਕ ਬੈ ਸੋਣਿਆ ਆ ਜਾ ਸਾਹਮਣੇ ਨਜ਼ਾਰਾ ਦੇ ਦੇ ਦੀਦ ਦ ਨਾ ਲੁੱਕ ਲੁੱਕ ਬੈ ਸੋਣਿਆ ਰੋਮੈਂਟਿਕ Song ਬਹੁਤ ਗਾਏ ਨੇ ਤੁਸੀਂ ਵੈਸੇ ਹਾਂਜੀ ਹੂੰ ਔਰ ਰਿਕਾਰਡਡ ਵੀ ਹੋਏ ਹੋਏ ਆ ਨੇ ਆਲਰੇਡੀ ਔਰ ਆਨੇ ਪ੍ਰੋਜੈਕਟਸ ਦੇ ਵਿੱਚ ਹੋਣਗੇ ਅੱਛਾ ਜਿਹੜੇ ਇਹ ਗੀਤ ਨੇ ਹੁਣ ਨਿਰੰਤਰ ਚੱਲਦੇ ਰਹਿੰਦੇ ਨੇ ਫਿਰ ਕਿਵੇਂ ਤੁਹਾਡੇ ਨਾਲ ਜਿਹੜੇ ਲੋਕ ਕਾਫਲੇ ਦੇ ਵਿੱਚ ਜੁੜੇ ਨੇ ਉਹਨਾਂ ਦੇ ਗੀਤ ਗਾਉਂਦੇ ਹੋ ਖੁਦ ਲਿਖਦੇ ਹੋ ਕਿਦਾਂ ਹੁੰਦਾ ਥੋੜਾ ਬਹੁਤ ਸ਼ੌਕ ਹੈਗਾ ਭਾਜੀ ਆਪ ਲਿਖਣ ਦਾ ਵੀ ਤੇ ਮੈਂ ਆਪ ਵੀ ਕਰਦਾ ਰਿਹਾ ਨੇ ਬਾਕੀ ਬਹੁਤ ਸਾਰੇ ਰਾਈਟਰਸ ਜਿਹੜੇ ਆ ਉਹ ਇਸ ਵੇਲੇ ਜੁੜੇ ਹੋਏ ਆ ਕਿਉਂਕਿ ਮੇਰੀ ਤਾਂ ਜਿਹੜੀ ਕੈਰੀਅਰ ਦੀ ਸ਼ੁਰੂਆਤ ਹੀ ਹੋਈ ਆ ਉਹ ਬਲਕਿ ਇੱਕ ਰਾਈਟਰ ਜਿਹੜੇ ਅਮੀਆ ਬਖਤਾਵਰ ਸਾਹਿਬ ਜਿਨ੍ਹਾਂ ਨੇ ਪਹਿਲੀ ਐਲਬਮ ਕੀਤੀ ਜਿਨ੍ਹਾਂ ਦਾ ਇਹ ਦੀਦ ਲਿਖਿਆ ਹੋਇਆ ਮੈਂ ਮੈਂ ਉਹ ਪੁੱਛਣ ਲੱਗਿਆ ਸੀ ਕਿਉਂਕਿ ਇੱਕ ਮੈਂ ਗੀਤ ਤੁਹਾਡਾ ਸੁਣ ਰਿਹਾ ਸੀ ਤੇ ਬਖਤਾਵਰ ਤੁਸੀਂ ਪੰਜ ਚਾਰ ਵਾਰ ਲਗਾਤਾਰ ਬੋਲਿਆ ਉਹਦੇ ਵਿੱਚ ਉਸੇ ਦੇ ਵਿੱਚ ਹੀ ਉਹ ਤਾਂ ਬਾਈ ਚਾਂਸ ਚਲੋ ਕੰਪੋਜੀਸ਼ਨ ਦਾ ਮੋੜ ਸੀਗਾ ਉੱਥੇ ਆ ਕੇ ਜੀ 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 ਤੇ ਉਹ ਜੇ ਕ੍ਰਾਈਟਰ ਉਹ ਮੇਰੀ ਜ਼ਿੰਦਗੀ ਚ ਨਾ ਆਉਂਦੇ ਤਾਂ ਸ਼ਾਇਦ ਮੈਂ ਇੱਥੇ ਵੀ ਨਾ ਪਹੁੰਚਿਆ ਹੁੰਦਾ ਉਹਨਾਂ ਦੇ ਗੀਤ ਜਿਆਦਾ ਲਿਖੇ ਹੋਏ ਗਾਏ ਨੇ ਤੁਸੀਂ ਹਾਂਜੀ ਜਿਹੜੀ ਐਕਚੁਅਲੀ ਇਹ ਹੋਇਆ ਨਾ ਕਿ ਸਭ ਤੋਂ ਪਹਿਲੀ ਐਲਬਮ ਉਹਨਾਂ ਨੇ ਹੀ ਮੇਰੇ ਕੀਤੀ ਸੀਗੀ ਜੀ ਐਜ਼ ਅ ਪ੍ਰੋਡਿਊਸਰ ਤੇ ਮੈਨੂੰ ਉਸ ਵੇਲੇ ਜ਼ਰੂਰਤ ਸੀ ਕਿ ਕੋਈ ਸਹਾਰਾ ਬਣੇ ਕੋ ਪ੍ਰੋਡਿਊਸਰ ਮੇਰੇ ਨਾ ਜਿਹੜਾ ਮੇਰਾ ਕੰਮ ਕਰੇ ਤੇ ਉਹ ਪੂਰੀ ਦੀ ਪੂਰੀ ਐਲਬਮ ਉਹਨਾਂ ਦੀ ਲਿਖੀ ਸੀ ਫਿਰ ਉਹਨਾਂ ਦੇ ਨਾਲ ਮੈਂ 3-4 ਐਲਬम्स ਕੀਤੀਆਂ ਤੇ ਸਾਰੀ ਸਾਰੀ ਉਹਨਾਂ ਦੇ ਗੀਤ ਲਿਖੀ ਸੀ ਫਿਰ ਇੱਕ ਮੂਵੀ ਆਈ ਸੀ ਪਿੱਛੇ ਮਿੱਟੀ ਦਾ ਫਰੋਜ਼ ਹੋ ਗਿਆ ਜੀ ਉਹਦੇ ਚ ਇੱਕ ਮੇਰਾ ਗਾਣਾ ਸੀ ਉਹ ਵੀ ਉਹਨਾਂ ਦਾ ਲਿਰਿਕ ਸਿਲੈਕਟ ਹੋਇਆ ਹੂੰ ਫਿਰ ਉਹਨਾਂ ਨੇ ਇੱਕ ਮੂਵੀ ਖੁਦ ਆਪਣੇ ਪ੍ਰੋਡਕਸ਼ਨ ਹਾਊਸ ਚੋਂ ਕੀਤੀ ਸੀ ਸੱਗੀ ਫੁੱਲ ਉਦੇ ਵਿੱਚ ਵੀ ਉਹ ਮੇਰਾ ਇੱਕ ਗਾਣਾ ਸੀ ਤੋ ਇਸ ਕਰਕੇ ਉਹਨਾਂ ਨਾਲ ਜ਼ਿਆਦਾ ਕੰਮ ਜਿਹੜਾ ਆ ਮਾਰਕੀਟ 'ਚ ਆਇਆ ਹੋਇਆ ਆਰਥਿਕ ਤੌਰ ਤੇ ਮਜ਼ਬੂਤ ਹੋਏ ਹੋ ਪਿਛਲੇ ਸਮੇਂ ਦੇ ਵਿੱਚ ਜਾਂ ਹਾਲੇ ਹੋਰ ਲੱਗਦਾ ਕਿ ਸੰਘਰਸ਼ਮਈ ਜੀਵਨ ਰਹੇਗਾ ਜੋ ਚੱਲ ਰਿਹਾ ਹੈ ਸੰਘਰਸ਼ ਵੀ ਚੱਲ ਰਿਹਾ ਹੈ ਔਰ ਆਰਥਿਕ ਪੱਖੋਂ ਵੀ ਮਜ਼ਬੂਤ ਹੋਏ ਹਨ ਬਿਲਕੁਲ ਠੀਕ ਹੈ ਜੀ ਕਿਉਂਕਿ ਕਾਫੀ ਸਾਰੇ ਲੋਕ ਕਾਫੀ ਸਾਰੀ ਆਰਗੇਨਾਈਜੇਸ਼ਨ ਕਾਫੀ ਸਰਕਾਰੀ ਸੰਸਥਾਵਾਂ ਜਿਹੜੀਆਂ ਉਹ ਮੈਨੂੰ ਚੰਗਾ ਲੱਗਦਾ ਹੈ ਕਿ ਉਹ ਜਦੋਂ ਮੈਨੂੰ ਸ਼ੋਜ਼ ਲਈ ਬਣਾਉਂਦੀਆਂ ਕੰਮ ਵਾਸਤੇ ਬਣਾਉਂਦੀਆਂ ਤੇ ਕਰਦੇ ਰਿਹਾ ਪੂਰੇ ਇੰਡੀਆ ਚ ਬਲਕੇ ਇੰਡੀਆ ਤੋਂ ਬਾਹਰ ਕੁਝ ਵਿਦੇਸ਼ ਦੀ ਧਰਤੀ ਤੇ ਜਾਂਦਾ ਵੀ ਮੌਕਾ ਮਿਲੇ ਕੀ ਹੁਣ ਸੁਪਨਾ ਕੀ ਹੈ ਯਾਕੂਬ ਦਾ ਕੀ ਚਾਹੁੰਦਾ ਕੀ ਹੈ ਯਾਕੂਬ ਯਾਕੂਬ ਤਾਂ ਇਹ ਚਾਹੁੰਦਾ ਹੈ ਜੀ ਕਿ ਜੋ ਕੰਮ ਕਰ ਰਿਹਾ ਹਾਂ ਉਹਨੂੰ ਕਰਦਾ ਜਾਵਾਂ ਤੇ ਉਹਦੇ ਵਿੱਚ ਹੋਰ ਅੱਗੇ ਜਿੰਨਾ ਵਧਿਆ ਜਾ ਸਕਦਾ ਮੈਂ ਤਾਂ ਨਹੀਂ ਕਹੂੰਗਾ ਕਿ ਕਿ ਆਪਣੀ ਕੋਈ ਮੰਜ਼ਲ ਰੱਖੀ ਹੈ ਤੇ ਮੰਜ਼ਲ ਤੇ ਪਹੁੰਚਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਸਫ਼ਰ 'ਚ ਹੀ ਰਹਿਣਾ ਚਾਹੀਦਾ ਇਹੀ ਮਜ਼ਾ ਆ ਤੇ ਪਰ ਸਫਰ ਵੀ ਇਹ ਨਹੀਂ ਹੈ ਕਿ ਤੁਸੀਂ ساری ਉਮਰ ਘੀਟ ਦੇ ਸਫਰ ਲੰਗਾ ਦਿਓ ਉਹ ਵਾਲਾ ਸਫਰ ਨਹੀਂ ਤੇ ਗ੍ਰਾਫ ਉੱਤੇ ਨੂੰ ਜਾਣਾ ਚਾਹੀਦਾ ਥੋੜਾ ਹਾਂ ਗ੍ਰਾਫ ਜਿਹੜਾ ਉੱਪਰ ਨੂੰ ਜਾਣਾ ਚਾਹੀਦਾ ਉਹ ਤੁਹਾਡੀਆਂ ਦਵਾਵਾਂ ਨਾਲ ਜਾ ਵੀ ਰਿਹਾ ਹੈ ਤੇ ਮੈਂ ਇਹੀ ਚੀਜ਼ਾਂ ਕਰਦਾ ਜਾਵਾਂਗਾ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿਵੇਂ ਕਈ ਇੱਕ ਸ਼ਾਇਰ ਦੀ ਮੈਨੂੰ ਬੜੀ ਵਧੀਆ ਗੱਲ ਲੱਗਦੀ ਹੁੰਦੀ ਆ ਕਿ ਜਦੋਂ ਅੱਗ ਲੱਗੀ ਹੋਏਗੀ ਤੇ ਇਤਿਹਾਸ ਦੇ ਵਿੱਚ ਭਵਿੱਖ ਦੇ ਵਿੱਚ ਇਹਦਾ ਜ਼ਿਕਰ ਹੋਏਗਾ ਤੇ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ਚ ਆਉਣਾ ਚਾਹੀਦਾ ਲਾਉਣ ਵਾਲਿਆਂ ਚ ਨਹੀਂ ਤੇ ਮੈਨੂੰ ਇਹ ਕਿ ਜਦੋਂ ਕਿਤੇ ਕਰੋਨਾ ਦੀ ਗੱਲ ਹੋਵੇ ਤਾਂ ਇਹ ਇਹ ਮੇਰੇ ਵਾਸਤੇ ਪ੍ਰਾਊਡ ਦੀ ਗੱਲ ਹੋਊਗੀ ਕਿ ਯਾਕੂਬ ਨੂੰ ਪੰਜਾਬੀ ਇੰਡਸਟਰੀ ਵੱਲੋਂ ਜਾਣਿਆ ਜਾਏਗਾ ਕਿ ਯਾਕੂਬ ਨੇ ਇਸ ਤਰ੍ਹਾਂ ਦੀ ਵੀ ਕੋਈ ਆਵਾਜ਼ ਉਠਾਈ ਸੀ ਜਾਂ ਕੁਝ ਗਾਇਆ ਯਾਕੂਬ ਕਦੇ ਇਸ ਤਰ੍ਹਾਂ ਹੋਇਆ ਕਿ ਗੀਤ ਆਇਆ ਹੋਵੇ ਤੇ ਫਿਰ ਉਹ ਸਿਲੈਕਟ ਨਾ ਕੀਤਾ ਹੋਵੇ ਕਿ ਨਹੀਂ ਮੈਂ ਇਹ ਗੀਤ ਨਹੀਂ ਗਾਉਣਾ ਇਹ ਉਨਾਂ ਉੱਚ ਪਾਇਦਾਰ ਨਹੀਂ ਜਿਸ ਤਰ੍ਹਾਂ ਦੇ ਮੈਂ ਗੀਤ ਗਾਉਣਾ ਫਿਲਹਾਲ estranda ਕੁਝ ਹੋਇਆ ਨਹੀਂ ਜੀ ਕਿਉਂਕਿ ਹੁਣ ਸਰਕਲ ਐਸਾ ਬਣ ਗਿਆ ਹੈ ਮੈਨੂੰ ਜਿਹੜੇ ਲਿਰਿਕਸ ਵੀ ਮਿਲਦੇ ਆ ਉਹ اسی ਤਰ੍ਹਾਂ ਦੇ ਹੀ ਮਿਲਦੇ ਆ ਕਿਤੇ ਨਾ ਕਿਤੇ ਸਰੋਤਿਆਂ ਨੂੰ ਜਾਂ ਰਾਈਟਰਸ ਨੂੰ ਪਤਾ ਹੈ ਵੀ ਇਹ ਕੀ ਗਾਉਂਦਾ ਹੈ ਇਹਦੀ ਆਡੀਅנס ਕਿਸ ਤਰ੍ਹਾਂ ਦੀ ਆ ਕਿਤੇ ਕਿਤੇ ਪਰਫਾਰਮ ਕਰਦਾ ਇਹਨੂੰ ਕਿੰਨਾ ਲੋਕਾਂ ਨੇ ਸੁੰਨਾ ਹੁਣ ਮੈਨੂੰ ਉਸੇ ਤਰ੍ਹਾਂ ਦੇ ਲਿਰਿਕਸ ਜਿਹੜੇ ਆਉਂਦੇ ਉਸੇ ਤਰ੍ਹਾਂ ਦੇ ਹਾਲਾਂਕਿ ਜਿਹੜੇ ਆਪਣੇ ਕਮਰਸ਼ੀਅਲ ਰਾਈਟਰਸ ਨੇ ਜੀ ਫੇਸਬੁੱਕ WhatsApp ਦੇ ਜ਼ਰੀਏ ਵੀ ਆਉਂਦੇ ਆ ਪਰ ਮੈਂ ਕਿਤੇ ਨਾ ਕਿਤੇ ਫਿਰ ਭੱਜਦਾ ਆ ਇਸ ਚੀਜ਼ ਤੋਂ ਕਿਉਂਕਿ ਸਮਾ ਸਾਡੇ ਕੋਲੇ ਸੀਮਤ ਹੈ ਯਾਕੂਬ ਅਸੀਂ ਜਾਂਦੇ ਜਾਂਦੇ ਤੁਹਾਡੀਆਂ ਦੋ ਕੋਈ ਚੰਗੇ ਬਹੁਤ ਸਾਰਾ ਜਿਹੜਾ ਦਿਲ ਦੇ ਕਰੀਬ ਹੋਵੇ ਵੈਸੇ ਤਾਂ ਕਹਿੰਦੇ ਨੇ ਆਰਟਿਸਟ ਦੇ ਆਪਣੇ ਸਾਰੇ ਗਾਣੇ ਕਰੀਬ ਹੁੰਦੇ ਨੇ ਪਰ ਫਿਰ ਵੀ ਜਿਹਨੂੰ ਤੁਸੀਂ ਗਾ ਕੇ ਖੁਦ ਸਕੂਨ ਮਹਿਸੂਸ ਕਰਦੇ ਹੋ ਜਿਹਦੀ ਬਹੁਤ ਵਾਰ ਜਦੋਂ ਤੁਸੀਂ ਸਟੇਜ ਤੇ ਹੁੰਦੇ ਹੋ ਤਾਂ ਵਾਰ-ਵਾਰ ਡਿਮਾਂਡ ਹੁੰਦੀ ਹੈ ਉਹ ਗੀਤ ਸੁਣਾ ਕੇ ਫਿਰ ਅਸੀਂ ਸਮਾਪਤੀ ਵੱਲ ਵੱਧੋ ਉਹ ਰੰਜਨ ਮੇਰਾ ਰੱਬ ਹੈ ਜੀ ਤੇ ਮੈਂ ਉਹ ਤੁਹਾਡੀ ਨਜ਼ਰ ਕਰਦਾ ਦੇ ਨਾ

जोगी पेसुबा जोा पे सुबाया वेख सारा जग निम रांझण मेर रब जद बोलो बोल इलाही ਰੁਕ ਰੁਕ ਸੁਣ ਦੇ ਜਾਂ ਦੇ ਰਾਹੀ ਜਦ ਬੋਲੇ ਉਹ ਬੋਲੇ ਲਾਹੀ ਰੁਕ ਰੁਕ ਸੁਣ ਦੇ ਜਾਂ ਦੇ ਰਾਹੀ ਮੈਂ ਵੀ ਦਰ ਤੇ ਅਲਖ ਜਗਾਈ ਮੈਂ ਵੀ ਦਰ ਦਿੱਤੇ ਅਲਖ ਜਗਾਈ ਪੈਰੀ ਭੈਣਾ ਜਨਿਮਾਇ ਰਾਜਣ ਮੇਰਾ ਰਬ ਰਾਜਣ ਮੇਰਾ ਰਬ ਨਿਮਾਇ ਰਾਜਣ ਮੇਰਾ ਰਬ ਨਿਮਾਇ ਰਾਜਣ ਮੇਰਾ ਰਬ ਬਹੁਤ ਖੂਬ ਬਹੁਤ ਖੂਬ ਬਹੁਤ ਧੰਨਵਾਦ ਯਾਕੂਬ ਸਮਾਂ ਦੇਣ ਲਈ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਦਰਸ਼ਕਾਂ ਦੇ ਨਾਲ ਗੱਲਬਾਤ ਕੀਤੀ ਐਨੇ ਵਧੀਆ ਕਲਾਮ ਸਾਨੂੰ ਸੁਣਾਏ ਤੁਸੀਂ ਧੰਨਵਾਦ ਹੈ ਤੁਹਾਡਾ ਇਹ ਭਾਜੀ ਕਿ ਮੈਨੂੰ ਆਪਣੇ ਦਿਲਾਂ ਦੀਆਂ ਗੱਲਾਂ ਜਿਹੜੀਆਂ ਉਹ ਕਰਨ ਦਾ ਦਿਲ ਦੀਆਂ ਗੱਲਾਂ ਜਿਹੜੀਆਂ ਉਹ ਕਰਨ ਦਾ ਤੁਸੀਂ ਮੌਕਾ ਦਿੱਤਾ ਤੇ ਸੱਚਮੁੱਚ ਮੈਂ ਤੁਹਾਡਾ ਬੜਾ ਫੈਨ ਆ ਔਰ ਇਨੇ ਸਾਲਾਂ ਤੋਂ ਤੁਹਾਨੂੰ ਵਾਚ ਕਰ ਰਿਹਾ ਤੁਹਾਨੂੰ ਮਿਲਣਾ ਤੁਹਾਡੇ ਨਾਲ ਇੰਟਰਵਿਊ ਕਰਨਾ ਮੇਰੀ ਖੁਸ਼ਕਿਸਮਤੀ ਹੈ ਔਰ ਤੁਸੀਂ ਮੈਨੂੰ ਇਨੇ ਪਿਆਰ ਦੇ ਨਾਲ ਮੇਰੀ ਇੰਟਰਵਿਊ ਕੀਤੀ ਹੈ ਕਿ ਮੈਨੂੰ ਬਹੁਤ ਜ਼ਿਆਦਾ ਮਜ਼ਾ ਆਇਆ ਬਹੁਤ ਧੰਨਵਾਦ ਸੋ ਅਸੀਂ ਆਸ ਕਰਾਂਗੇ ਯਾਕੂਬ ਇਸੇ ਤਰ੍ਹਾਂ ਮੰਜ਼ਲਾ ਸਰ ਕਰਦਾ ਰਹੇ ਇਸੇ ਤਰ੍ਹਾਂ ਮੰਜ਼ਿਲਦਰ ਮੰਜ਼ਿਲ ਅੱਗੇ ਵਧਦਾ ਰਹੇ ਇਸੇ ਤਰ੍ਹਾਂ ਉੱਚ ਪਾਇਦਾਰ ਦੇ ਗੀਤ ਉਹ ਗਾਉਂਦਾ ਰਹੇ ਜਿਹੜੇ ਰੂਹ ਨੂੰ ਸਕੂਨ ਦੇਣ ਕਿਉਂਕਿ ਨਾਲ ਨਾਲ ਇੰਡਸਟਰੀ ਦੇ ਵਿੱਚ ਇੱਕ ਕਮਰਸ਼ੀਅਲ ਮਾਡਲ ਹੈ ਉਹ ਤਾਂ ਚੱਲਣਾ ਹੀ ਚੱਲਣਾ ਹੈ ਪਰ ਚੰਗੇ ਗੀਤ ਵੀ ਹਮੇਸ਼ਾ ਆਉਂਦੇ ਚਾਹੀਦੇ ਨੇ ਲੋਕਾਂ ਦੇ ਜੋ ਲੋਕਾਂ ਦੀ ਗੱਲ ਕਰਨ ਜੋ ਉਹਨਾਂ ਦੀ ਗੱਲ ਕਰਨ ਜਿਨ੍ਹਾਂ ਦੀ ਗੱਲ ਕੋਈ ਨਹੀਂ ਕਰਦਾ ਹੈਗਾ ਤੁਸੀਂ ਵੀ ਜ਼ਰੂਰ ਸੁਣਿਓ ਯਾਕੂਬ ਨੂੰ ਜਦੋਂ ਵੀ ਕਿਤੇ ਮੌਕਾ ਮਿਲਦਾ ਫਿਲਹਾਲ ਇਸ ਪੇਸ਼ ਕੁਸਚਨ ਆਹੀ ਸਨ ਦੇ ਇਜਾਜ਼ਤ ਧੰਨਵਾਦ